ਕਿਵੇਂ ਤੁਹਾਨੂੰ ਲੱਗਦਾ ਵੀ ਡਿਬੇਟ ਤੋਂ ਕਿਉਂ ਭੱਜ ਰਹੀ ਹੈ ਬੀਜੇਪੀ? ਸਰਕਾਰ ਦੀ ਰਣਨੀਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਜੋ ਲਾਲ ਕਿਲੇ 'ਤੇ ਇੱਥੇ ਝੰਡਾ ਫਹਰਾਇਆ ਗਿਆ ਜਾਂ ਜੋ ਸਿੰਘੂ ਬਾਰਡਰ 'ਤੇ ਹੋਇਆ, ਜੋ ਗਾਜ਼ੀਪੁਰ ਬਾਰਡਰ 'ਤੇ ਹੋਇਆ, ਕਿਵੇਂ ਦੇਖਦੇ? ਦੇਖੋ, ਸਰਕਾਰ ਦੀ ਜਿਹੜੀ ਰਣਨੀਤੀ ਹੈਗੀ ਹੈ ਉਹ ਇਹ ਲੋਕਤੰਤਰ ਦੀ ਰਣਨੀਤੀ ਨਹੀਂ ਹੈ, ਇਹ ਇੱਕ ਡੈਮੋਕ੍ਰੇਸੀ ਨਹੀਂ ਹੈ, ਇਹ ਡਿਕਟੇਟਰਸ਼ਿਪ ਇਸ ਟਾਈਮ ਚੱਲ ਰਹੀ ਹੈਗੀ ਹੈ। ਇਹਨਾਂ ਨੂੰ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਆ। ਇਹਦੇ ਵਿੱਚ ਇਹਨਾਂ ਦਾ ਬੁਢੱਪਣ ਹੈਗਾ ਵਾ, ਇਹ ਲੋਕਤੰਤਰ ਕਹਿੰਦਾ ਹੈਗਾ। ਸਾਰੇ ਵਰਲਡ ਦੇ ਵਿੱਚ ਇਹਨਾਂ ਦੀ ਥੂ ਥੂ ਹੋ ਰਹੀ ਹੈਗੀ ਆ ਕਿ ਇਹ ਲੋਕਤੰਤਰ ਕਿੱਥੋਂ ਦਾ ਹੈਗਾ, ਤਾਂ ਤਾਨਾਸ਼ਾਹੀ ਹੋ ਗਿਆ, ਅਤੇ ਇਹਨਾਂ ਨੂੰ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਤਾਂ ਕਿ ਸਾਰੇ ਕਿਸਾਨ ਆਪਣੇ ਘਰਾਂ ਨੂੰ ਵਾਪਸ ਮੋੜ ਸਕਣ। ਇੱਕ ਪਾਸੇ ਗੋਦੀ ਮੀਡੀਆ ਦਾ ਕਾਂਗਰਸ ਪਾਰਟੀ ਬਾਈਕਟ ਕਰਦੀ ਆ, ਤਾਂ ਦੂਜੇ ਪਾਸੇ ਬੀਜੇਪੀ ਸਾਡੇ ਇੱਧਰ ਜਿਹੜੇ ਪੰਜਾਬ ਪੱਖੀ ਚੈਨਲ ਹੈਗੇ ਨੇ ਜਾਂ ਕਿਸਾਨ ਪੱਖੀ ਚੈਨਲ, ਉਹਦਾ ਬਾਈਕਟ ਕਰਦੀ ਆ, ਕਿਵੇਂ ਦੇਖਦੇ ਹੋ ਇਹਨੂੰ? ਤੁਹਾਨੂੰ ਇੰਨਾ ਪਤਾ ਕਿ ਮੈਨੇ ਜੀ ਨਾਰੀ ਕੇ ਲਈ ਇਹ ਕਰ ਰਹਾ ਹੂੰ, ਮੈਂ ਸ਼ੌਚਾਲਿਆ ਬਣਾ ਰਹਾ ਹੂੰ, ਮੈਂ ਇਹ ਕਰ ਰਹਾ ਹੂੰ, ਬਾਕੀ ਉਹਨੇ ਕਿਸੇ ਨੂੰ ਕਿਸੇ ਨਾਲ ਕਿਸੇ ਢੰਗ ਨਾਲ ਦੇਖਿਆ? ਜਦੋਂ ਦਾ ਗੱਡੀ 'ਚ ਬੈਠਾ ਤਾਂ ਦੀ ਮਹਿੰਗਾਈ ਹੈਗੀ ਹੈ, ਤੁਸੀਂ ਖੁਦ ਵੀ ਦੇਖ ਸਕਦੇ ਹੈਗੇ, ਦੱਸੋ ਕਿੱਥੇ ਤੱਕ ਨਾਲ ਤੱਕ ਹਰ ਇੱਕ ਦੀ ਜੇਬ ਹਿੱਲੀ ਹੈ, ਹਰ ਇੱਕ ਦੀ ਜੇਬ। ਤੁਸੀਂ ਗੈਸ ਸਿਲੰਡਰ ਤੋਂ ਲੈ ਕੇ ਤੁਸੀਂ ਸਬਜ਼ੀਆਂ ਦੇ ਭਾਅ ਦੇਖ ਲਓ, ਜੇ ਲੋਕਡਾਊਨ ਤੁਸੀਂ ਦੇਖਦੇ ਹੋ, ਸਬਜ਼ੀਆਂ ਦੇ ਭਾਅ, ਦਾਲਾਂ ਦੇ ਭਾਅ ਕਿੱਥੇ ਤੱਕ ਚੱਲੇ ਗਏ ਹੈਗੇ? ਕਿਸਾਨ ਆਗੂ ਐਲੀਗੇਸ਼ਨ ਲਗਾ ਰਹੇ ਬੀਜੇਪੀ ਲੋਕਾਂ ਨੇ ਉੱਥੇ ਆ ਕੇ ਪਥਰਾ ਕੀਤਾ, ਲੰਗਰਾਂ ਦੇ ਉੱਤੇ ਆ ਕੇ ਪਥਰਾ ਕੀਤਾ, ਭੰਨ ਤੋੜ ਕੀਤੀ ਸਮਾਨ ਦੀ, ਪੁਲਿਸ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ, ਕਿਵੇਂ ਦੇਖਦੇ ਹੋ? ਦੇਖੋ, ਇਹ ਬਹੁਤ ਮੰਦਭਾਗੀ ਗੱਲ ਹੈਗੀ ਹੈ ਕਿ ਤੁਸੀਂ ਇੱਕ ਆਪਣੀ ਪਾਰਟੀ ਦੇ ਜਿਹੜੇ ਵਰਕਰ ਹੈਗੇ ਆ ਉਹਨਾਂ ਨੂੰ ਭੇਜ ਕੇ ਤੁਸੀਂ ਉੱਥੇ ਪਥਰਾਵ ਕਰਾ ਰਹੇ ਹੋ। ਇਹ ਜੀ ਬਾਬਾ ਨਾਨਕ ਦਾ ਚਲਾਇਆ ਹੋਇਆ ਲੰਗਰ ਹੈ ਜਿਹੜਾ ਸਦੀਆਂ ਤੋਂ ਚੱਲਦਾ ਆ ਰਿਹਾ ਔਰ ਸਦੀਆਂ ਤੱਕ ਅੱਗੇ ਚੱਲਦਾ ਹੀ ਰਹਿਣਾ, ਇਹਨੂੰ ਕੋਈ ਅੱਜ ਤੱਕ ਰੋਕ ਨਹੀਂ ਸਕਿਆ ਹੈਗਾ ਔਰ ਨਾ ਹੀ ਕਿਤੇ ਰੁਕਿਆ ਅੱਜ ਤੱਕ। ਤੁਸੀਂ ਦੇਖ ਹੀ ਰਹੇ ਹੋ ਸਰਕਾਰ ਵੱਲੋਂ ਇੰਨੀ ਸਖਤੀਆਂ ਹੋਣ ਦੇ ਬਾਵਜੂਦ ਖੁੱਲ੍ਹੇ ਲੰਗਰ ਉੱਥੇ ਚੱਲ ਰਹੇ ਹੈਗੇ ਆ ਔਰ ਲੋਕ ਵੀ ਕਹਿਣ ਨੂੰ ਮਜਬੂਰ ਹੋ ਗਏ ਕਿ ਇਸ ਤਰ੍ਹਾਂ ਹੀ ਲੰਗਰ ਚੱਲਦੇ ਹੀ ਰਹਿਣ। ਅਤੇ ਇਹ ਮੈਨੂੰ ਨਹੀਂ ਲੱਗਦਾ ਕਿ ਇਹ ਮੋਦੀ ਸਰਕਾਰ ਜਿਹੜੀ ਹੈਗੀ ਆ ਅੱਜ ਜਿਹੜੀ ਇਹ ਐਜੀਟੇਸ਼ਨ ਸਾਡੀ ਚੱਲ ਰਹੀ ਹੈਗੀ ਆ ਕਿਸਾਨ ਵੀਰਾਂ ਦੀ, ਇਹਨੂੰ ਰੋਕ ਪਾਉਣਗੇ? ਨਾਗਪੁਰ ਦੇ ਦਫ਼ਤਰ ਦੇ ਵਿੱਚ 52 ਸਾਲ ਤੱਕ ਤਿਰੰਗੇ ਦਾ ਝੰਡਾ ਨਹੀਂ ਲਹਿਰਾਇਆ ਗਿਆ ਸੀਗਾ, ਤਿਰੰਗਾ ਨਹੀਂ ਲਹਿਰਾਇਆ ਗਿਆ ਸੀ, ਬੀਜੇਪੀ ਨੇ ਆਪਣਾ ਝੰਡਾ ਲਹਿਰਾਇਆ ਸੀ, ਫਿਰ ਅੱਜ ਉਹ ਕਿੱਦਾਂ ਤਿਰੰਗੇ ਦੀ ਇੱਜ਼ਤ 'ਤੇ ਗੱਲ ਕਰ ਸਕਦੇ? ਪ੍ਰਾਈਮ ਉਹਦੇ ਦੇਖ ਰਹੇ ਸਰ, ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ, ਮੈਂ ਇੰਦਰਪਾਲ ਸਿੰਘ ਟੁੰਨਾ। ਸੋ ਅੱਜ ਅਸੀਂ ਕਿਸਾਨੀ ਕਾਨੂੰਨਾਂ ਦੇ ਉੱਤੇ ਚਰਚਾ ਕਰਨ ਲਈ ਜੁੜੇ ਸੀਗੇ, ਮਹਿਲਾ ਕਾਂਗਰਸ ਜਿਹੜੇ ਆਗੂ ਨੇ ਇੱਥੇ ਸਾਡੇ ਨਾਲ ਜੁੜੇ ਹੋਏ ਨੇ। ਸੋ ਦੂਜੇ ਪਾਸੇ ਅਸੀਂ ਬੀਜੇਪੀ ਮਹਿਲਾ ਮੋਰਚਾ ਜਿਹੜੇ ਆਗੂ ਨੇ ਉਹਨਾਂ ਨੂੰ ਬੁਲਾਇਆ ਹੋਇਆ ਸੀ, ਮਿਸਿਸ ਘੁੰਮਣ ਨੂੰ ਬੁਲਾਇਆ ਸੀਗਾ। ਸੋ ਅੱਜ ਉਹ ਇੱਥੇ ਪਹੁੰਚੇ ਨਹੀਂ ਹੈਗੇ। ਸੋ ਕੱਲ੍ਹ ਵੀ ਅਸੀਂ 2-3 ਦਿਨ ਤੋਂ ਟਰਾਈ ਕਰ ਰਹੇ ਹਾਂ ਵੀ ਜਿਹੜੇ ਬੀਜੇਪੀ ਦੇ ਬੁਲਾਰੇ ਨੇ ਉਹ ਡਿਬੇਟ ਕਰਨ ਤੋਂ ਕੰਨੀ ਕਤਰਾ ਰਹੇ ਨੇ। ਸੋ ਅੱਜ ਜਿਹੜੇ ਪ੍ਰਧਾਨ ਨੇ ਪੁਸ਼ਪਿੰਦਰ ਸਿੰਘ ਨੇ ਸਾਫ਼ ਤੌਰ 'ਤੇ ਕਹਿਤਾ ਵੀ ਪ੍ਰਾਈਮ ਉਹਦੇ ਸਾਡਾ ਕੋਈ ਬੁਲਾਰਾ ਜਿਹੜਾ ਉਹ ਡਿਬੇਟ 'ਤੇ ਨਹੀਂ ਆਏਗਾ। ਸੋ ਤੁਸੀਂ ਦੇਖ ਸਕਦੇ ਹੋ ਮੈਡਮ ਸਿੰਮੀ ਪਛਾਣ ਇੱਥੇ ਖੜ੍ਹੇ ਹੋਏ ਨੇ, ਜਿਹੜੇ ਪੰਜਾਬ ਕਾਂਗਰਸ ਸ਼ਿਕਾਇਤ ਨਿਵਾਰਨ ਸੈੱਲ ਦੇ ਵਾਈਸ ਚੇਅਰਮੈਨ ਹੈ ਨੇ, ਉਹਨਾਂ ਦੇ ਨਾਲ ਜਿਹੜੇ ਸਾਥੀ ਮਹਿਲਾ ਸਾਥੀ ਨੇ ਉਹ ਇੱਥੇ ਪਹੁੰਚੇ ਹੋਏ ਨੇ ਕਾਂਗਰਸ ਪਾਰਟੀ ਤੋਂ। ਸੋ ਕਰੀਬ 1 ਤੋਂ ਸਵਾ 1 ਘੰਟਾ ਹੋ ਗਿਆ ਉਹਨਾਂ ਨੂੰ ਇੱਥੇ ਵੇਟ ਕਰਦੇ ਨੂੰ, 4 ਵਜੇ ਦਾ ਸਮਾਂ ਸੀਗਾ ਮਿਸਿਸ ਘੁੰਮਣ 'ਤੇ ਉਹਨਾਂ ਨੇ ਜਿਹੜੇ ਬੀਜੇਪੀ ਮਹਿਲਾ ਮੋਰਚੇ ਜਿਹੜੇ ਆਗੂ ਸੀ ਉਹਨਾਂ ਨੇ ਆਉਣਾ ਸੀ ਪਰ ਉਹ ਇੱਥੇ ਨਹੀਂ ਪਹੁੰਚੇ ਹੋਗੇ। ਅਤੇ ਮੈਡਮ ਨਾਲ ਗੱਲ ਕਰੀ, ਮੈਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਮ ਤੁਹਾਨੂੰ ਆਪਾਂ ਨੂੰ 1.25 ਘੰਟਾ ਹੋ ਗਿਆ ਇੱਥੇ ਵੇਟ ਕਰਦੇ ਨੂੰ, ਕਿਵੇਂ ਤੁਹਾਨੂੰ ਲੱਗਦਾ ਵੀ ਡਿਬੇਟ ਤੋਂ ਕਿਉਂ ਭੱਜ ਰਹੀ ਹੈ ਬੀਜੇਪੀ? ਦੇਖੋ, ਬੀਜੇਪੀ ਦੇ ਕੋਲ ਕੁਛ ਕਹਿਣ ਨੂੰ ਹੀ ਹੈ ਨਹੀਂਗਾ। ਜਦੋਂ ਉਹਨਾਂ ਨੂੰ ਪਤਾ ਹੈ ਕਿ ਵੀ ਇਹ ਕਾਲੇ ਕਾਨੂੰਨ ਹੈ ਔਰ ਗਲਤ ਹੈ ਔਰ ਇਹ ਵਾਪਿਸ ਹੋਣੇ ਚਾਹੀਦੇ ਹੈ, ਸੋ ਡਿਬੇਟ ਦੇ ਵਿੱਚ ਸ਼ਾਮਿਲ ਹੋਣ ਤੋਂ ਭੱਜਦੇ ਹੈਗੇ ਆ। ਉਹਨਾਂ ਨੂੰ ਪਤਾ ਹੈ ਕਿ ਵੀ ਅਸੀਂ ਕੀ ਜਵਾਬ ਦੇਵਾਂਗੇ, ਇਸ ਕਰਕੇ ਉਹ ਨਹੀਂ ਆਉਂਦੇ ਪਏ, ਸ਼ਾਮਿਲ ਹੀ ਨਹੀਂ ਹੋ ਰਹੇ ਹੈਗੇ। ਨੈਸ਼ਨਲ ਚੈਨਲ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਵੱਲੋਂ ਖਾਸ ਤੌਰ ਜਿਹੜਾ ਸਾਡਾ ਗੋਦੀ ਮੀਡੀਆ ਵਾ ਉਹਦਾ ਬਾਈਕਟ ਕੀਤਾ ਗਿਆ ਸੀ ਵੀ ਉੱਥੇ ਵਿਰੋਧੀ ਧਿਰ ਦੀ ਜਿਹੜੀ ਆਵਾਜ਼ ਆ ਉਹ ਦੱਬੀ ਜਾਂਦੀ ਹੈ, ਪਰ ਜਿਹੜੇ ਪੰਜਾਬ ਦੇ ਚੈਨਲ ਆ ਜਾਂ ਸਾਡਾ ਚੈਨਲ ਆ, ਅਸੀਂ ਉਹਨਾਂ ਨੂੰ ਪਹਿਲਾਂ ਵੀ ਅਪੀਲ ਕੀਤੀ ਆ ਵੀ ਡੈਮੋਕ੍ਰੇਸੀ ਦੇ
ਵਿੱਚ ਹਰੇਕ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈਗਾ, ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਇੱਕ ਪਾਸੇ ਗੋਦੀ ਮੀਡੀਆ ਦਾ ਕਾਂਗਰਸ ਪਾਰਟੀ ਬਾਈਕਾਟ ਕਰਦੀ ਆ, ਤਾਂ ਦੂਜੇ ਪਾਸੇ ਬੀਜੇਪੀ ਸਾਡੇ ਇੱਧਰ ਜਿਹੜੇ ਪੰਜਾਬ ਪੱਖੀ ਚੈਨਲ ਹੈਗੇ ਨੇ ਜਾਂ ਕਿਸਾਨ ਪੱਖੀ ਚੈਨਲ ਦਾ ਬਾਈਕਾਟ ਕਰਦੀ ਆ, ਕਿਵੇਂ ਦੇਖਦੇ ਹੋ ਇਹਨੂੰ? ਜੀ ਬਿਲਕੁਲ, ਤੁਸੀਂ ਅੱਜ ਕੱਲ੍ਹ ਦੇਖੋ ਗੋਦੀ ਮੀਡੀਆ ਜਿਹੜੀ ਹੈਗੀ ਹੈ, ਜਿਹੜਾ ਮਰਜ਼ੀ ਚੈਨਲ ਲਗਾ ਲਓ 100% ਉਹੀ ਬੋਲੀ ਬੋਲਦੇ ਆ ਜੋ ਮੋਦੀ ਸਰਕਾਰ ਬੋਲਦੇ ਆ ਲੋਕ। ਲੇਕਿਨ ਜਿਹੜੀ ਸਾਡੇ ਜਿਹੜੇ ਕਿਸਾਨ ਪੱਖੀ ਜਿਹੜੇ ਚੈਨਲਸ ਹੈਗੇ ਆ ਉਹਨਾਂ ਨੂੰ ਇਹ ਪਿੱਛੇ ਰੱਖ ਰਹੇ ਨੇ ਔਰ ਉਹਨਾਂ ਦਾ ਕੋਈ ਵੀ ਇਹ ਦਿਖਾ ਨਹੀਂ ਰਹੇ ਹੈਗੇ ਕੁਛ ਵੀ, ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੇ ਕਿਸਾਨ ਦੇ ਪੱਖ ਦੇ ਵਿੱਚ ਚਾਹੇ ਉਹ ਕੋਈ ਪਾਰਟੀ ਹੈ, ਚਾਹੇ ਕਿਸਾਨ ਖੁਦ ਨੇ, ਚਾਹੇ ਉਹ ਮੀਡੀਆ ਦੇ ਸਾਡੇ ਪਰਸਨ ਹੈਗੇ ਆ, ਜਿਹੜਾ ਵੀ ਕਿਸਾਨ ਦੇ ਪੱਖ 'ਚ ਅੱਜ ਗੱਲ ਕਰ ਰਿਹਾ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਨੂੰਨਾਂ ਦੀ ਗੱਲ ਕੀਤੀ ਜਾਵੇ, ਕਾਨੂੰਨਾਂ ਦੀ ਚਰਚਾ ਬਹੁਤ ਹੋ ਗਈ, ਮਾੜੇ ਨੇ, ਚੰਗੇ ਨੇ, ਸਰਕਾਰ ਦੀ ਰਣਨੀਤੀ ਨੂੰ ਕਿਵੇਂ ਦੇਖਦੇ ਹੋ? ਕਿਸਾਨ ਇਹ ਕਹਿੰਦੇ ਜਿਹੜੇ ਕਾਨੂੰਨ ਨੇ ਉਹ ਰੱਦ ਕੀਤੇ ਜਾਣਾ, ਆਪਾਂ ਚੰਗੇ ਮਾੜੇ ਕਾਨੂੰਨਾਂ ਦੀ ਹੁਣ ਚਰਚਾ ਨਹੀਂ ਕਰਾਂਗੇ, ਕੋਈ ਬਹੁਤ ਸਮਾਂ ਲੰਘ ਗਿਆ, ਇਹਦਾ ਕਲੀਅਰ ਆ ਵੀ ਜਿਹੜੇ ਕਾਨੂੰਨ ਨੇ ਉਹ ਮਾੜੇ ਹੈਗੇ ਨੇ, ਉੱਤੇ ਚਰਚਾ ਕਰਾਂਗੇ ਤਾਂ ਮੈਂ ਕਹਿੰਦਾ ਸਮਾਂ ਖਰਾਬ ਹੀ ਕਰਾਂਗੇ। ਸਰਕਾਰ ਦੀ ਰਣਨੀਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਜੋ ਲਾਲ ਕਿਲੇ 'ਤੇ ਇੱਥੇ ਝੰਡਾ ਫਹਰਾਇਆ ਗਿਆ ਜਾਂ ਜੋ ਸਿੰਘੂ ਬਾਰਡਰ 'ਤੇ ਹੋਇਆ, ਜੋ ਗਾਜ਼ੀਪੁਰ ਬਾਰਡਰ 'ਤੇ ਹੋਇਆ, ਕਿਵੇਂ ਦੇਖਦੇ ਹੋ? ਦੇਖੋ, ਸਰਕਾਰ ਦੀ ਜਿਹੜੀ ਰਣਨੀਤੀ ਹੈਗੀ ਹੈ ਉਹ ਇਹ ਲੋਕਤੰਤਰ ਦੀ ਰਣਨੀਤੀ ਨਹੀਂ ਹੈ, ਇਹ ਇੱਕ ਡੈਮੋਕ੍ਰੇਸੀ ਨਹੀਂ ਹੈ, ਇਹ ਡਿਕਟੇਟਰਸ਼ਿਪ ਇਸ ਟਾਈਮ ਚੱਲ ਰਹੀ ਹੈਗੀ ਹੈ। ਤੁਸੀਂ ਦੇਖੋ ਸਾਡੇ ਕਿਸਾਨ ਵੀਰ ਜਿਹੜੇ ਹੈਗੇ 26 ਜਨਵਰੀ ਨੂੰ ਬੜੇ ਸ਼ਾਂਤੀਪੂਰਵਕ ਢੰਗ ਦੇ ਨਾਲ ਆਪਣੀ ਪਰੇਡ 'ਚ ਸ਼ਾਮਿਲ ਹੋਏ, ਉਹਨਾਂ ਨੂੰ ਰਸਤਾ ਪ੍ਰੋਪਰ ਦਿੱਤਾ ਗਿਆ ਕਿ ਵੀ ਤੁਸੀਂ ਇਸ ਰਸਤੇ ਦੇ ਉੱਤੇ ਜਾਣਾ ਹੈਗਾ ਔਰ ਉਹ ਆਪਣੇ ਪ੍ਰੋਪਰ ਢੰਗ ਦੇ ਨਾਲ ਚੱਲ ਰਹੇ ਸੀਗੇ। ਲੇਕਿਨ ਇਹਨਾਂ ਨੇ ਆਪਣੇ ਹੀ ਬੰਦੇ ਖੜ੍ਹੇ ਕਰਕੇ ਉਹਨਾਂ ਨੂੰ ਅਲੱਗ 8-10 ਟਰਾਲੀਆਂ ਜਿਹੜੀਆਂ ਹੈਗੀਆਂ ਉੱਧਰ ਦੂਜੇ ਪਾਸੇ ਚਲਾ ਕੇ ਲਾਲ ਕਿਲੇ ਵੱਲ ਭੇਜ ਕੇ ਆਪ ਹੀ ਗੇਮ ਖੇਲੀ, ਆਪਣੇ ਹੀ ਬੰਦੇ ਖੜ੍ਹੇ ਕਰਕੇ ਆਪ ਹੀ ਸਾਰਾ ਕੁਛ ਉੱਥੇ ਸਾਡਾ ਜਿਹੜਾ ਨਿਸ਼ਾਨ ਸਾਹਿਬ ਦਾ ਝੰਡਾ ਲਗਾਇਆ ਗਿਆ ਉਹ ਇੱਕ ਧਾਰਮਿਕ ਝੰਡਾ ਹੈ, ਉਹ ਕੋਈ ਕਿਸੇ ਦੇਸ਼ ਦਾ ਝੰਡਾ ਨਹੀਂ ਜਾਂ ਆਪਣੇ ਦੇਸ਼ ਦਾ ਵਿਰੋਧੀ ਝੰਡਾ ਨਹੀਂ, ਉਹ ਸਾਡਾ ਧਾਰਮਿਕ ਝੰਡਾ ਹੈਗਾ, ਉਹ ਉੱਥੇ ਚੜਵਾਇਆ ਗਿਆ ਔਰ ਫਿਰ ਆਪ ਹੀ ਸਾਡੇ ਕਿਸਾਨ ਵੀਰਾਂ ਦੇ ਉੱਤੇ ਜਾ ਕੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ। ਇਹ ਬਹੁਤ ਮੰਦਭਾਗੀ ਘਟਨਾ ਹੋਈ ਹੈ, 100% ਮੈਂ ਕਹਾਂਗੀ ਕਿ ਡਿਕਟੇਟਰਸ਼ਿਪ ਚੱਲ ਰਹੀ ਹੈਗੀ ਹੈ। ਇਹ ਤਾਂ ਇਸ ਤਰ੍ਹਾਂ ਲੱਗ ਰਿਹਾ ਜਿੱਦਾਂ ਕਿ ਇੱਕ ਵਾਰੀ ਫਿਰ ਔਰੰਗਜ਼ੇਬ ਦਾ ਰਾਜ ਦੁਬਾਰਾ ਆ ਗਿਆ ਇੱਥੇ। ਮਹਿਲਾ ਆਗੂ ਜਿਹੜੇ ਖਾਸ ਤੌਰ 'ਤੇ ਪਿੰਡਾਂ ਤੋਂ ਆਏ ਹੋਏ ਨੇ, ਮੈਮ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਨੀਨਾ ਪੱਠੜਾ ਜੀ। ਕਿਹੜੇ ਪਿੰਡੋਂ ਤੁਸੀਂ ਆਏ? ਮੈਂ ਇੱਥੇ ਸ਼ਹਿਰ ਨੂੰ ਲੱਗਦੇ ਪਰ ਸਾਡਾ ਪਚੋਖੜ ਜਿੱਦਾਂ ਪਿੰਡਾਂ ਤੁਸੀਂ ਕਿਵੇਂ ਦੇਖ ਰਹੇ ਹੋ? ਕਾਨੂੰਨਾਂ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਦੀ ਰਣਨੀਤੀ ਨੂੰ ਕਿਵੇਂ ਦੇਖ ਰਹੇ ਹੋ? ਦੇਖੋ ਜੀ, ਜਿਹੜੇ ਕਾਨੂੰਨ ਹੈਗੇ ਸਾਰੇ ਕਹਿ ਚੁੱਕੇ ਆ, ਵਕੀਲ ਕਹਿ ਚੁੱਕੇ, ਹਰ ਵਰਗ ਕਹਿ ਚੁੱਕਾ ਹੈਗਾ ਕਿ ਜਿਹੜੇ ਕਾਨੂੰਨ ਨੇ ਉਹ ਫੇਵਰ ਦੇ ਵਿੱਚ ਨਹੀਂ ਹੈਗੇ, ਹੈ ਨਾ, ਕਿਸਾਨਾਂ ਦੇ, ਅਤੇ ਨਾ ਕਿਸਾਨਾਂ ਨੂੰ ਪੁੱਛ ਕੇ ਬਣਾਏ ਗਏ, ਨਾ ਕੋਈ ਕਮੇਟੀ 'ਚ ਬਿਠਾਇਆ ਗਿਆ, ਨਾ ਉਹਨਾਂ ਨੂੰ ਪੁੱਛਿਆ ਗਿਆ। ਜਿਹੜੀ ਕੋਈ ਚੀਜ਼ ਆਪਾਂ ਕਿਸੇ ਨੂੰ ਦਿੰਦੇ ਅਗਲੇ ਨੂੰ ਪਹਿਲਾਂ ਪੁੱਛਦੇ ਤਾਂ ਹੈ ਨਾ ਕਿ ਤੇਰੇ ਫੇਵਰ 'ਚ ਹੈ ਕਿ ਨਹੀਂ ਹੈ, ਅਤੇ ਉਹਨਾਂ ਨੂੰ ਧੱਕੇ ਨਾਲ ਹੀ ਦਿੱਤੇ ਜਾ ਰਹੇ ਨੇ ਅਤੇ ਕਿਹਾ ਜਾ ਰਿਹਾ ਕਿ ਬਹੁਤ ਚੰਗੇ ਕਾਨੂੰਨ ਆ, ਜਦਕਿ ਉਹ ਕਿਸਾਨ ਕਹਿੰਦੇ ਵੀ ਸਾਡੇ ਲਈ ਨਹੀਂ ਚੰਗੇ ਹੈਗੇ, ਅਸੀਂ ਜਿਸ ਤਰ੍ਹਾਂ ਅਸੀਂ ਪਹਿਲਾਂ ਸਾਡਾ ਚੱਲਦਾ ਮੰਡੀਆਂ ਦੇ ਵਿੱਚ ਸਾਡਾ ਅਨਾਜ ਜਾਂਦਾ ਜਾਂ ਅਸੀਂ ਆਪਣੀ ਮਲਕੀਅਤ ਆਪਣੇ ਕੋਲ ਰੱਖਣੀ ਚਾਹੁੰਦੇ ਹਾਂ, ਅਤੇ ਉਹਨਾਂ 'ਤੇ ਥੋਪਣੇ ਨਹੀਂ ਚਾਹੀਦੇ। ਅਤੇ ਜਿਹੜਾ ਇਹ ਅੰਦੋਲਨ ਆ 4-5 ਮਹੀਨਿਆਂ ਤੋਂ ਚੱਲ ਰਿਹਾ ਹੈਗਾ, ਅਤੇ ਅੱਜ ਹੁਣ ਕਿਸਾਨ 150 ਦੇ ਉੱਤੇ ਕਿਸਾਨ ਮਰ ਗਿਆ, ਅਤੇ 26 ਜਨਵਰੀ ਦੇ ਵਿੱਚ ਦੇਖੋ ਕਿੱਡਾ ਵੱਡਾ ਕਾਂਡ ਹੋ ਗਿਆ ਹੈਗਾ, ਹੈ ਨਾ, ਅਤੇ ਇਹਨਾਂ ਨੂੰ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਆ। ਇਹਦੇ ਵਿੱਚ ਇਹਨਾਂ ਦਾ ਬੁਢੱਪਣ ਹੈਗਾ ਵਾ, ਇਹੀ ਲੋਕਤੰਤਰ ਕਹਿੰਦਾ ਹੈਗਾ, ਸਾਰੇ ਵਰਲਡ ਦੇ ਵਿੱਚ ਇਹਨਾਂ ਦੀ ਥੂ ਥੂ ਹੋ ਰਹੀ ਹੈਗੀ ਆ ਕਿ ਇਹ ਲੋਕਤੰਤਰ ਕਿੱਥੋਂ ਦਾ ਹੈਗਾ, ਤਾਂ ਤਾਨਾਸ਼ਾਹੀ ਹੋ ਗਿਆ, ਅਤੇ ਇਹਨਾਂ ਨੂੰ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਤਾਂ ਕਿ ਸਾਰੇ ਕਿਸਾਨ ਆਪਣੇ ਘਰਾਂ ਨੂੰ ਵਾਪਸ ਮੋੜ ਸਕਣ। ਮੈਮ ਤੁਹਾਡਾ ਕੀ ਨਾਮ ਹੈਗਾ ਜੀ? ਮੇਰਾ ਨਾਮ ਸਰਬਜੋਤ ਕੌਰ ਬਰਾੜ ਆ ਜੀ, ਅਸੀਂ ਮੁੱਲਾਪੁਰ ਦਾਖ ਹਲਕੇ ਤੋਂ ਆ ਜੀ, ਪਿੰਡਾਂ ਤੋਂ। ਪਿੰਡਾਂ ਨਾਲ ਜੁੜੇ ਹੋਏ ਹੋ, ਖਾਸ ਤੌਰ ਜਿਹੜਾ ਕਿਸਾਨੀ ਮੁੱਦਾ ਵਾ, ਸ਼ਹਿਰਾਂ ਨਾਲ ਤਾਂ ਜੁੜਿਆ ਹੋਇਆ ਕਿਉਂਕਿ ਇੱਕ ਤੰਦਾਂ ਜੁੜੀਆਂ ਹੋਈਆਂ ਨੇ, ਕਿਸਾਨ ਖੁਸ਼ਹਾਲ ਹੋਊਗਾ ਤਾਂ ਹੀ ਵਪਾਰ ਚੱਲੂਗਾ ਸਾਡਾ। ਤੁਸੀਂ ਖਾਸ ਤੌਰ 'ਤੇ ਪਿੰਡਾਂ ਤੋਂ ਆਉਂਦੇ ਹੋ, ਤੁਸੀਂ ਜੇ ਕਾਨੂੰਨਾਂ ਨੂੰ ਗੱਲ ਕੀਤੀ ਜਾਵੇ ਤਾਂ ਪਿੰਡਾਂ ਦੀ ਕੀ ਰਾਏ ਹੈਗੀ ਇਸ ਮਾਮਲੇ 'ਚ? ਪਿੰਡਾਂ ਵਾਲਿਆਂ ਦੀ ਦੇਖੋ ਇਹੀ ਰਾਏ ਵਾ, ਸਾਰਿਆਂ ਦੇ ਮੂੰਹੋਂ ਇੱਕੋ ਹੀ ਆਵਾਜ਼ ਉੱਠਦੀ ਆ ਵੀ ਇਹ ਕਾਨੂੰਨ ਕਾਲੇ ਕਾਨੂੰਨ ਆ ਜਿਹੜੇ ਇਹ ਸਾਡੇ ਉੱਤੇ ਗਲਤ ਥੋਪੇ ਗਏ ਨੇਗੇ, ਪਰ ਇਹਨਾਂ ਨੂੰ ਅਸੀਂ ਸਹਿਣ ਨਹੀਂ ਕਰਾਂਗੇ।
ਇਹ ਜਿਹੜੇ ਕਾਨੂੰਨ ਆ ਇਹਨਾਂ ਨੂੰ ਇਹ ਵਾਪਸ ਲੈਣੇ ਹੀ ਪੈਣਗੇ, ਅੱਜ ਲੈ ਲੈਣ ਕੱਲ੍ਹ ਲੈਣ, ਪਰ ਮੋਦੀ ਨੂੰ ਇਹ ਜਵਾਬ ਸਾਨੂੰ ਕਾਲੇ ਕਾਨੂੰਨ ਵਾਪਸ ਕਰਕੇ ਹੀ ਦੇਣਾ ਪਵੇਗਾ। ਕੋਈ ਵੀ ਬੀਜੇਪੀ ਦੇ ਖਿਲਾਫ਼ ਆਵਾਜ਼ ਚੱਕਦਾ ਵਾ ਉਹਨੂੰ ਜੇ ਤਾਂ ਸ਼ਹਿਰੀ ਆ ਉਹਨੂੰ ਅਰਬਨ ਨੈਕਸਲਾਈਟ ਕਹਿ ਦਿੰਦੇ ਆ, ਜੇ ਕੋਈ ਪੇਂਡੂ ਆ ਤਾਂ ਉਹਨੂੰ ਖਾਲਿਸਤਾਨੀ ਕਹਿ ਦਿੰਦੇ ਆ, ਕਿਸੇ ਨੂੰ ਵੱਖਵਾਦੀ ਕਹਿ ਦਿੰਦੇ ਆ, ਕਿਸੇ ਨੂੰ ਕੁਛ ਕਹਿ ਦਿੰਦੇ ਆ। ਹੁਣ ਇਹੀ ਚੱਲ ਰਿਹਾ ਵਾ, ਇੱਥੋਂ ਤੱਕ ਵੀ ਮੀਡੀਆ ਨੂੰ ਵੀ ਟਾਰਗੇਟ ਕਰ ਰਹੇ ਆ ਵੀ ਇਹ ਵੱਖਵਾਦੀ ਨੇ, ਕਾਮਰੇਡ ਹੈਗੇ ਨੇ, ਖਾਲਿਸਤਾਨੀ ਨੇ, ਇਹ ਕੀ ਰਣਨੀਤੀ ਹੁਣ ਠੀਕ ਹੈਗੀ ਹੈ ਅੱਜ ਦੇ ਸਮੇਂ ਵਿੱਚ ਜਦੋਂ 21ਵੀਂ ਸਦੀ 'ਚ ਅਸੀਂ ਜੀ ਰਹੇ ਹੈਗੇ? ਦੇਖੋ ਇਹ ਸਾਰੀ ਇਹਨਾਂ ਦੀਆਂ ਆਪਣੀਆਂ ਘੜੀਆਂ ਕਢਾਈਆਂ ਗੱਲਾਂ ਹੈਗੀਆਂ ਨੇ। ਇੱਥੇ ਹੁਣ ਤੁਸੀਂ ਦੇਖ ਰਹੇ ਹੋ ਸਾਡੇ ਪਿੰਡਾਂ ਦੇ ਵਿੱਚੋਂ ਸਿੱਖ ਫੈਮਿਲੀਜ਼ ਦੇ ਤੋਂ ਕਿਸਾਨਾਂ ਦੇ ਵਿੱਚੋਂ ਹੈਗੇ ਆ, ਸਾਡੇ ਨਾਲ ਖੜੇ ਆ ਸਾਰੇ, ਪਰ ਅਸੀਂ ਨਹੀਂ ਸਮਝਦੇ ਕਿ ਇੱਥੇ ਕੋਈ ਹਿੰਦੂ ਸਿੱਖਾਂ ਦਾ ਕੋਈ ਫਰਕ ਹੈਗਾ, ਕੋਈ ਖਾਲਿਸਤਾਨ ਦੀ ਕੋਈ ਆਵਾਜ਼ ਨਹੀਂ ਹੈ, ਕੋਈ ਗੱਲ ਨਹੀਂ ਹੈ। ਇਹ ਤਾਂ ਜ਼ਬਰਦਸਤੀ ਥੋਪਣ ਦੀ ਕੋਸ਼ਿਸ਼ ਕਰ ਰਹੇ ਆ, ਵੱਖਵਾਦ ਦੀ ਨੀਤੀ ਹੈ ਜਿਹੜੀ ਕਿ ਹਿੰਦੂ ਔਰ ਸਿੱਖਾਂ ਨੂੰ ਲੜਾਉਣ ਦੀ ਨੀਤੀ ਦੇ ਉੱਤੇ ਚੱਲ ਰਹੇ ਹੈਗੇ ਆ, ਖਾਲਿਸਤਾਨ ਕਹਿ ਕੇ। ਇਹੋ ਜਿਹਾ ਕੁਛ ਵੀ ਸੀਨ ਨਹੀਂ ਹੈਗਾ, ਸਿਰਫ ਕਿਸਾਨ ਵਿਰੋਧੀ ਹੈ। ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ, ਅਸੀਂ ਕੱਲ੍ਹ ਵੀ ਨਾਲ ਖੜੇ ਸੀ, ਅਸੀਂ ਅੱਜ ਵੀ ਨਾਲ ਖੜੇ ਹਾਂ ਉਹਨਾਂ ਦੇ। ਡੈਮੋਕ੍ਰੇਸੀ ਦੇ ਵਿੱਚ ਪ੍ਰੋਟੈਸਟ ਕਰਨਾ ਹਰ ਇੱਕ ਦਾ ਅਧਿਕਾਰ ਹੈਗਾ ਵਾ। ਗਾਜ਼ੀਪੁਰ ਬਾਰਡਰ ਦੇ ਉੱਤੇ ਇੱਕ ਮੋਰਚਾ ਲੱਗਿਆ, ਸਿੰਘੂ ਲੱਗਿਆ, ਟਿੱਕਰੀ ਲੱਗਿਆ, ਗਾਜ਼ੀਪੁਰ ਬਾਰਡਰ ਦੇ ਉੱਤੇ ਲੱਗਿਆ ਹੋਇਆ ਵਾ। ਦੇਰ ਪਰਸੋਂ ਦੀ ਗੱਲ ਹੈ, ਦੇਰ ਰਾਤ ਉੱਥੇ ਪੁਲਿਸ ਪ੍ਰਸ਼ਾਸਨ ਸਾਰਾ ਜਾਂਦਾ, ਪੂਰਾ ਧਾਮ ਜਾਂ ਆਰਮੀ ਜਾਂਦੀ ਹੈ, ਪਰ ਜਿਹੜੇ ਟਿਕੈਤ ਨੇ ਉੱਥੋਂ ਦੇ ਕਿਸਾਨ ਲੀਡਰ ਨੇ ਉਹਨਾਂ ਵੱਲੋਂ ਜਿਹੜੀ ਅਪੀਲ ਕੀਤੀ, ਉਹਨਾਂ ਅਪੀਲ ਨੂੰ ਦੇਖਦੇ ਲੱਖਾਂ ਦਾ ਸਲਾਬ ਉੱਥੇ ਪਹੁੰਚ ਜਾਂਦਾ ਵਾ, ਤਾਂ ਪੁਲਿਸ ਨੂੰ ਅਤੇ ਪ੍ਰਸ਼ਾਸਨ ਨੂੰ ਵਾਪਸ ਮੁੜਨਾ ਪੈਂਦਾ ਵਾ। ਸੋ ਇਹ ਰਣਨੀਤੀ ਕਿੱਥੋਂ ਕੁ ਤੱਕ ਜਾਇਜ਼ ਹੈਗੀ ਵੀ ਇੱਕ ਬੰਦੇ ਨੂੰ ਦਬਾ ਦਿੱਤੇ ਆ, ਪਰ ਇਹਨਾਂ ਨੂੰ ਸਮਝਣਾ ਚਾਹੀਦਾ ਵੀ ਹੁਣ ਦੇਸ਼ ਜਾਗ ਚੁੱਕਿਆ ਵਾ। ਦੇਖੋ ਇਹ ਲੋਕਤੰਤਰ ਹੈ, ਲੋਕਾਂ ਦੀ ਸਰਕਾਰ ਹੈ ਔਰ ਲੋਕਾਂ ਦੇ ਵਾਸਤੇ ਹੀ ਇਹ ਸਰਕਾਰ ਹੈ। ਲੇਕਿਨ ਜੇ ਅਗਰ ਇਹ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਨਗੇ ਤਾਂ ਇਹ ਇਹਨਾਂ ਨੂੰ ਮੇਰੇ ਖਿਆਲ ਦੇ ਵਿੱਚ ਇੱਕ ਲੋਕ ਮਤ ਲੈਣਾ ਚਾਹੀਦਾ ਇਸ ਕਾਨੂੰਨ ਦੇ ਉੱਪਰ ਇਹਨਾਂ ਨੂੰ। ਜੇ ਅਗਰ ਇੰਨਾ ਹੀ ਜ਼ਿਆਦਾ ਸਰਕਾਰ ਐਡਾਮੈਂਟ ਹੈਗੀ ਹੈ ਤਾਂ ਇਹ ਲੋਕਾਂ ਦੀ ਜਿਹੜੀ ਸਰਕਾਰ ਹੈ ਲੋਕਾਂ ਦਾ ਇੱਕ ਲੋਕ ਮਤ ਲੈ ਲੈਣ, ਪਤਾ ਲੱਗ ਜਾਏਗਾ ਕੀ ਠੀਕ ਹੈ ਕੀ ਗਲਤ ਹੈਗਾ। ਲੇਕਿਨ ਜਿਨ੍ਹਾਂ ਦੇ ਵਾਸਤੇ ਕਾਨੂੰਨ ਬਣਿਆ ਜੇ ਉਹਨਾਂ ਨੂੰ ਹੀ ਐਕਸੈਪਟੇਬਲ ਨਹੀਂ ਹੈਗਾ ਤਾਂ ਉਹ ਉਹਨਾਂ ਨੂੰ ਇਸ ਤਰ੍ਹਾਂ ਦਬਾਉਣ ਵਾਸਤੇ ਪੁਲਿਸ ਫੋਰਸ ਜਾਂ ਮਿਲਟਰੀ ਫੋਰਸ ਲਗਾ ਕੇ ਤੁਸੀਂ ਉਹਨਾਂ ਨੂੰ ਦਬਾ ਰਹੇ ਹੋ ਤਾਂ ਕੀ ਹੋਇਆ? ਉਹਦਾ ਨਤੀਜਾ ਕੀ ਹੋਇਆ ਕਿ ਪੁਲਿਸ ਨੂੰ ਔਰ ਮਿਲਟਰੀ ਨੂੰ ਪਿੱਛੇ ਹਟਣਾ ਪਿਆ, ਲੋਕ ਇਤਨੇ ਇਕੱਠੇ ਹੋ ਗਏ ਉੱਥੇ ਔਰ ਉਹਨਾਂ ਆਪਣਾ ਹੱਕ ਮੰਗ ਰਹੇ ਆ, ਉਹਨਾਂ ਨੂੰ ਹੱਕ ਦੇਣ ਤੋਂ ਉੱਤੋਂ ਵੰਚਿਤ ਕੀਤਾ ਜਾ ਰਿਹਾ ਹੈਗਾ। ਇਹ 100% ਗਲਤ ਹੈਗਾ ਵੈ ਔਰ ਇਹਨਾਂ ਨੂੰ ਇਹਦੇ 'ਤੇ ਬੈਠ ਕੇ ਫਿਰ ਵਿਚਾਰ ਕਰਨਾ ਚਾਹੀਦਾ। ਗਲਤੀਆਂ ਇਨਸਾਨ ਕੋਲੋਂ ਹੁੰਦੀਆਂ, ਜੇ ਗਲਤੀ ਨਾਲ ਇੱਕ ਕੰਮ ਇਹਨਾਂ ਕੋਲੋਂ ਹੋ ਗਿਆ ਤਾਂ ਲੋਕ ਮਤ ਲੈ ਕੇ ਆਪਣੇ ਉਸ ਗਲਤੀ ਦਾ ਸੁਧਾਰ ਕਰਨਾ ਚਾਹੀਦਾ। ਮੈਮ ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਸ਼ਬੀਨਾ ਬੇਗਮ ਹੈ ਜੀ। ਜਿਵੇਂ ਕਿ ਹੁਣ ਤੱਕ ਕਿਸਾਨੀ ਅੰਦੋਲਨ ਚੱਲ ਰਿਹਾ ਵਾ, ਪਹਿਲਾਂ ਕਰੋਨਾ ਮਹਾਮਾਰੀ ਸੀ, ਕਿਸਾਨੀ ਅੰਦੋਲਨ ਦੌਰਾਨ ਜਿਹੜੀ ਸਰਕਾਰ ਆ ਸਰਕਾਰ ਵੱਲੋਂ ਗੈਸ ਦੀਆਂ ਜਿਹੜੀਆਂ ਕੀਮਤਾਂ ਉਹ ਵਧਾ ਦਿੱਤੀਆਂ ਗਈਆਂ, ਅੰਦਰੂਨੀ ਪੈਟਰੋਲ ਦੇ ਡੀਜ਼ਲ ਦੇ ਰੇਟ ਵੱਧ ਗਏ, ਤੁਸੀਂ ਮਹਿਲਾ ਹੈਗੇ ਹੋ, ਰਸੋਈ ਦੇ ਉੱਤੇ ਕਿੱਡਾ ਅਸਰ ਪਿਆ ਜੀ ਉਹਦਾ? ਦੇਖੋ ਜੀ, ਕਹਿੰਦੇ ਹੁੰਦੇ ਆ ਜਿਸ ਤਨ ਜਾਣ ਲੱਗੇ ਸੋਈ ਦਾਣੇ, ਠੀਕ ਹੈ ਜੀ। ਇਹ ਜਿਹੜੀ ਮੋਦੀ ਸਰਕਾਰ ਆ, ਮੋਦੀ ਸਰਕਾਰ ਦਾ ਨਾ ਅੱਗੇ ਕੁਛ ਨਾ ਪਿੱਛੇ ਕੁਛ, ਠੀਕ ਹੈ ਨਹੀਂ। ਇਹਨੂੰ ਘਰ ਖਰਚ ਦਾ ਕਿੱਦਾਂ ਪਤਾ, ਰਸੋਈ ਦਾ ਕਿੱਦਾਂ ਪਤਾ ਕਿ ਰਸੋਈ ਦੇ ਵਿੱਚ ਲੇਡੀਜ਼ ਨੇ ਕਿੱਦਾਂ ਐਡਜਸਟਮੈਂਟ ਕਰਨਾ? ਉਹ ਜੋ ਮਜ਼ਦੂਰ ਹੈ ਉਹਨੇ ਕਮਾ ਕੇ ਬਾਹਰ ਤੋਂ ਲੈ ਕੇ ਆਉਣਾ, ਲੇਡੀਜ਼ ਨੇ ਘਰ ਚਲਾਉਣਾ, ਔਰ ਇਹ ਆਪਣੀਆਂ ਜਿਹੜੀਆਂ ਰਣਨੀਤੀਆਂ ਖੇਡੀ ਜਾ ਰਿਹਾ ਨਾ, ਉਹਦਾ ਜਵਾਬ ਕਿਸਾਨ ਵੀ ਦੇ ਰਹੇ ਨੇ, ਆਮ ਪਬਲਿਕ ਵੀ ਦੇ ਰਹੀ ਆ, ਮਜ਼ਦੂਰ ਵੀ ਦੇ ਰਹੇ ਨੇ। ਪਰ ਜਾਣੀ ਕਹਿਣ ਦਾ ਇਹ ਆ ਕਿ ਮੋਦੀ ਸਰਕਾਰ ਦੇ ਤਾਂ ਮੋਦੀ ਦੇ ਨਾ ਰਾਨਾ ਨਾ ਕਰਨਾ ਹੈ, ਸਾਡੇ ਕੋਲ ਸਪਸ਼ਟ ਜੀ ਗੱਲ ਹੈ, ਨਾ ਰਾਨਾ ਅਤੇ ਨਾ ਕਰਨਾ ਹੈ। ਉਹਨੂੰ ਇਹਨਾਂ ਚੀਜ਼ਾਂ ਦਾ ਕੁਛ ਵੀ ਨਹੀਂ ਪਤਾ, ਸਿਰਫ ਇੱਕ ਕੁਰਸੀ 'ਤੇ ਬੈਠ ਕੇ ਉਹ ਆਪਣੀਆਂ ਰਣਨੀਤੀਆਂ ਖੇਡ ਰਿਹਾ ਜਿਹੜੀਆਂ ਕਿ ਬਰਦਾਸ਼ਤ ਨਹੀਂ ਹੋ ਰਹੀਆਂ ਔਰ ਨਾ ਹੀ ਹੋਣਗੀਆਂ। ਜੋ ਕਿਸਾਨਾਂ ਦੇ ਨਾਲ ਹੋ ਰਿਹਾ, ਅੰਦੋਲਨ ਦੇ ਵਿੱਚ ਲੋਕ ਬੈਠੇ ਨੇ, ਕਈਆਂ ਮਾਵਾਂ ਦੇ ਪੁੱਤ ਚਲੇ ਗਏ ਨੇ, ਕਈਆਂ ਦੇ ਸੁਹਾਗ ਉੱਜੜ ਗਏ ਨੇ, ਕਈਆਂ ਬੱਚਿਆਂ ਦੇ ਸਿਰ ਤੋਂ ਛਾਇਆ ਚਲੀ ਗਈ ਹੈ, ਪਰ ਇਹ ਮੋਦੀ ਸਰਕਾਰ ਨੂੰ ਬਿਲਕੁਲ ਵੀ ਇਸ ਚੀਜ਼ ਦੇ ਉੱਤੇ ਕੁਛ ਮਤਲਬ ਢਲਦੇ ਨਜ਼ਰ ਨਹੀਂ ਆਉਂਦਾ। ਪਰ ਆਉਣਾ ਪਏਗਾ, ਅਗਰ ਇੱਕ ਗਿਆ ਤਾਂ ਦੋ ਖੜੇ ਹੁੰਦੇ ਆ।
ਇੱਕ ਗਿਆ ਦੋ ਖੜੇ ਹੋਣਗੇ ਇਹ ਫੌਜਾਂ ਨੇ ਗੁਰੂ ਸਾਹਿਬ ਦੀਆਂ, ਜਦਕਿ ਅਸੀਂ ਮਰਦੇ ਦਮ ਤੱਕ ਲੜਦੇ ਰਹਾਂਗੇ। ਚਾਹੇ ਅਸੀਂ ਲੇਡੀਜ਼ ਹਾਂ ਪਰ ਫਿਰ ਵੀ ਅਸੀਂ ਕਿਸਾਨਾਂ ਦੇ ਲਈ ਦਿਨ ਰਾਤ ਮਿਹਨਤ ਕਰਾਂਗੇ, ਦਿਨ ਰਾਤ ਉਹਨਾਂ ਦੇ ਅਸੀਂ ਆਪਣੇ ਹੱਕਾਂ ਦੇ ਲਈ ਲੜਾਂਗੇ। ਮੈਮ ਗੱਲ ਕਰੂੰਗਾ ਮਹਿਲਾਵਾਂ ਦੀ, ਜਦੋਂ ਗੱਲ ਆ ਜਾਂਦੀ ਆ ਇੱਕ ਜਮ੍ਹਾਂ ਪੂੰਜੀ ਹੁੰਦੀ ਆ ਜਿਹੜੀ ਕਹਿ ਦਈਏ ਪੋਕਟ ਮਨੀ ਦੇ ਤੌਰ 'ਤੇ ਕਹਿ ਦਈਏ, ਜਿੱਦਾਂ ਵੀ ਕਹਿੰਦੇ ਇੱਕ ਜਮ੍ਹਾਂ ਰੱਖਦੇ ਹਾਂ, ਨੋਟਬੰਦੀ ਹੋਈ ਆ, ਵੱਡਾ ਇਫੈਕਟ ਪਿਆ ਵਾ, ਜਾਨਾਂ ਵੀ ਕਈ ਚਲੇ ਗਈਆਂ, ਇੱਕ ਪੂੰਜੀ ਜਿਹੜੀ ਜਮ੍ਹਾਂ ਮਹਿਲਾਵਾਂ ਕਰਦੇ ਵੀ ਐਮਰਜੈਂਸੀ ਕਿਤੇ ਲੋੜ ਪੈਂਦੀ ਆ, ਬੰਦਾ ਖਰਚ ਲੈਂਦਾ ਵਾ, ਉਹ ਵੀ ਕਿਤੇ ਨਾ ਕਿਤੇ ਢਾਹ ਲੱਗੀ ਆ, ਪਰਿਵਾਰਕ ਇੱਕ ਕਹਿ ਲਈਏ ਵੀ ਪੈਸਾ ਜ਼ਰੂਰਤ ਵੇਲੇ ਵਰਤਿਆ ਜਾ ਸਕਦਾ, ਉਹ ਮਹਿਲਾਵਾਂ ਜੋੜ ਕੇ ਰੱਖਦੀਆਂ ਨੇ, ਨੋਟਬੰਦੀ ਹੋਈ ਆ, ਕਿੱਦਾਂ ਕਸਰ ਦੇਖਦੇ ਹੋ ਤੁਸੀਂ? ਨੋਟਬੰਦੀ ਨੇ ਸਾਰੇ ਪਾਸੇ ਅਤੇ ਜਿਹੜਾ ਉਹਨਾਂ ਨੇ ਜਿਹੜਾ ਰਿਐਕਸ਼ਨ ਹੋਇਆ ਆ ਉਹ ਤਾਂ ਦੇਖਣ ਨੂੰ ਮਿਲਦਾ ਆ, ਪਰ ਘਰਾਂ ਦੇ ਜਿਹੜੀ ਨੀਂਹਾਂ ਨੇ ਉਹ ਹਿੱਲ ਗਈਆਂ ਨੇ। ਬਹੁਤ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਜੋ ਔਰਤ ਜਿਹੜੀ ਹੈ ਆਪਣੀ ਪੂੰਜੀ ਸੰਭਾਲ ਕੇ ਰੱਖਦੀ ਹੈ, ਜੇ ਕਿਸੇ ਵੇਲੇ ਕੋਈ ਮੁਸੀਬਤ ਪੈ ਜਾਂਦੀ ਹੈ ਉਹ ਪੂੰਜੀ ਨੂੰ ਕੱਢ ਕੇ ਵਰਤਦੀ ਹੈ, ਪਰ ਇਸ ਨੋਟਬੰਦੀ ਨੇ ਉਹਨਾਂ ਦੀ ਜਿਹੜੀ ਆ ਪੂੰਜੀ ਉਹਨੂੰ ਤਾਂ ਬਰਬਾਦ ਕੀਤਾ ਹੀ, ਉਹਨਾਂ ਦੀ ਆਸਾਂ 'ਤੇ ਵੀ ਕਿਤੇ ਨਾ ਕਿਤੇ ਪਾਣੀ ਫੇਰ ਦਿੱਤਾ। ਅਤੇ ਮੈਂ ਤਾਂ ਸਿਰਫ ਇਹ ਕਹਿਣਾ ਚਾਹਾਂਗੀ, ਜਦੋਂ ਸੱਤਾ ਦੇ ਅੱਗੇ ਸਵਾਲ ਕਮਜ਼ੋਰ ਪੈ ਜਾਂਦੇ ਨੇ ਨਾ, ਤਾਂ ਉਦੋਂ ਆਵਾਜ਼ ਬੁਲੰਦ ਕਰਨੀ ਪੈਂਦੀ ਹੈ, ਅਤੇ ਜਦੋਂ ਆਵਾਜ਼ ਬੁਲੰਦ ਹੁੰਦੀ ਹੈ ਤਾਂ ਉਦੋਂ ਆਵਾਮ ਇਕੱਠੀ ਹੁੰਦੀ ਹੈ, ਅਤੇ ਜਦੋਂ ਆਵਾਮ ਇਕੱਠੀ ਹੁੰਦੀ ਹੈ ਉਦੋਂ ਜਨ ਅੰਦੋਲਨ ਹੁੰਦਾ ਹੈ, ਅਤੇ ਜਦੋਂ ਜਨ ਅੰਦੋਲਨ ਹੁੰਦਾ ਹੈ ਉਦੋਂ ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਅੰਦੋਲਨ ਹੋਏ ਨੇ ਬਦਲਾਵ ਦੇਖੇ ਗਏ ਨੇ, ਅਤੇ ਇਹ ਬਦਲਾਵ ਅੱਜ ਵੀ ਆਉਣਗੇ ਜੇ ਜੋ ਅੰਦੋਲਨ ਚੱਲ ਰਿਹਾ। ਮੈਮ ਤੁਹਾਡੇ ਤੋਂ ਗੱਲ ਕਰਾਂਗੇ, ਤੁਸੀਂ ਵੀ ਸ਼ਹਿਰੀ ਹੈਗੇ ਹੋ, ਹਰ ਬੰਦਾ ਵਪਾਰ ਨਾਲ ਕਿਤੇ ਨਾ ਕਿਤੇ ਜੁੜਿਆ ਹੁੰਦਾ, ਨੋਟਬੰਦੀ ਦੀ ਗੱਲ ਕੀਤੀ ਆ, GST ਲਾਈ ਗਈ ਆ, NRCCA, ਅਜਿਹੇ ਕਾਲੇ ਕਾਨੂੰਨ ਸਰਕਾਰ ਲੰਬੇ ਸਮੇਂ ਤੋਂ ਲੈ ਕੇ ਆ ਰਹੀ ਆ, ਹਾਲਾਂਕਿ ਕਿਸਾਨੀ ਕਾਨੂੰਨਾਂ 'ਤੇ ਆ ਕੇ ਸਰਕਾਰ ਦੀ ਜਿਹੜੀ ਆ ਰਣਨੀਤੀ ਆ ਉਹ ਟਿਕ ਗਈ ਆ ਕੇ, ਕਿਵੇਂ ਦੇਖਦੇ ਹੋ ਜਿਹੜੀ ਪਿੱਛੇ ਨੋਟਬੰਦੀ ਮੈਂ ਗੱਲਾਂ ਕੀਤੀਆਂ ਕਿੱਥੋਂ ਤੱਕ ਜਾਇਜ਼ ਸੀਗੀਆਂ? ਬਿਲਕੁਲ ਕੋਈ ਨਹੀਂ, ਸਾਰੀ ਇਹਨੇ ਨਜਾਇਜ਼ ਗੱਲਾਂ ਹੀ ਕੀਤੀਆਂ, ਤਾਂ ਮੋਦੀ ਨੇ ਜਾਇਜ਼ ਗੱਲ ਕੀਤੀ ਕਿਹੜੀ? ਜਦੋਂ ਦਾ ਬੈਠਾ ਉਹਨੇ ਕੋਈ ਜਾਇਜ਼ ਗੱਲ ਨਹੀਂ ਕੀਤੀ, ਉਹਨਾਂ ਜੋ ਮਨ ਆਉਂਦਾ ਉਹ ਕਰਦਾ, ਜਾਂ ਉਹਦੇ ਨਾਲ ਜਿਹੜਾ ਉਹਦਾ ਭਾਈਚਾਰਾ ਹੈਗਾ ਅਮਿਤ ਸ਼ਾਹ, ਜੋ ਉਹਨੇ ਕਹਿਤਾ ਉਹੀ ਉਹਨੇ ਕਰਨਾ, ਉਹਨੂੰ ਅਗਰ ਇੰਨਾ ਪਤਾ ਹੋਵੇ ਕਿ ਇਹਦੇ ਨਾਲ ਕਿਸੇ ਦੇ ਘਰ ਦਾ ਅਸੀਂ ਦੇਖ ਲਾ, ਬਸ ਉਹਨੂੰ ਇੰਨਾ ਪਤਾ ਕਿ ਮੈਨੇ ਜੀ ਨਾਰੀ ਕੇ ਲਈ ਇਹ ਕਰ ਰਹਾ ਹੂੰ, ਮੈਂ ਸ਼ੌਚਾਲਿਆ ਬਣਾ ਰਹਾ ਹੂੰ, ਮੈਂ ਇਹ ਕਰ ਰਹਾ ਹੂੰ, ਬਾਕੀ ਉਹਨੇ ਕਿਸੇ ਨੂੰ ਕਿਸੇ ਨਾਲ ਕਿਸੇ ਢੰਗ ਨਾਲ ਦੇਖਿਆ। ਜਦੋਂ ਦਾ ਗੱਡੀ 'ਚ ਬੈਠਾ ਤਾਂ ਆਦੀ ਮਹਿੰਗਾਈ ਹੈਗੀ ਹੈ, ਤੁਸੀਂ ਖੁਦ ਵੀ ਦੇਖ ਸਕਦੇ ਹੈਗੇ, ਦੱਸੋ ਕਿੱਥੇ ਤੱਕ ਨਾ ਸਕਣ, ਹਰ ਇੱਕ ਦੀ ਜੇਬ ਹਿੱਲੀ ਹੈ, ਹਰ ਇੱਕ ਦੀ ਜੇਬ, ਤੁਸੀਂ ਗੈਸ ਸਿਲੰਡਰ ਤੋਂ ਲੈ ਕੇ ਤੁਸੀਂ ਸਬਜ਼ੀਆਂ ਦੇ ਭਾਅ ਦੇਖ ਲਓ, ਜੇ ਲੋਕਡਾਊਨ ਤੁਸੀਂ ਦੇਖਦੇ ਹੋ ਸਬਜ਼ੀਆਂ ਦੇ ਭਾਅ, ਦਾਲਾਂ ਦੇ ਭਾਅ ਕਿੱਥੇ ਤੱਕ ਚੱਲੇ ਗਏ ਹੈਗੇ, ਸਭ ਉੱਤੇ ਇਫੈਕਟ ਪਿਆ ਜੀ, ਔਰ ਸਾਰੇ ਹੀ ਇਸ ਚੀਜ਼ ਦੇ ਉੱਤੇ ਸਭ ਨੂੰ ਇਫੈਕਟ ਪਿਆ ਹੀ ਪਿਆ ਹੈਗਾ, ਔਰ ਸਾਰੇ ਇਸ ਚੀਜ਼ ਦੇ ਉੱਤੇ ਇਸ ਨੂੰ ਇਹੀ ਕਹਿ ਰਿਹਾ ਕਿ ਮੋਦੀ ਸਾਹਿਬ ਜੀ ਹੁਣ ਸੁਧਰ ਜਾਓ, ਜੇ ਹੁਣ ਸੁਧਰ ਜਾਓਗੇ ਤਾਂ ਕਿਸੇ ਦਾ ਕੁਛ ਬਣ ਜਾਏਗਾ, ਨਹੀਂ ਤਾਂ ਫਿਰ ਤੁਸੀਂ ਆਪੇ ਗੱਦੀ ਤੋਂ ਉਤਰ ਜਾਓਗੇ। ਸਿਮੀ ਮੈਮ ਗੱਲ ਕਰਾਂਗੇ ਸਿੱਧੇ ਤੌਰ 'ਤੇ ਨੋਟਬੰਦੀ ਦੀ ਗੱਲ ਵੀ ਹੋ ਗਈ ਸੀ, NRC ਸਾਰੇ ਕਾਨੂੰਨਾਂ ਦੀ ਕਾਲੇ ਕਾਨੂੰਨ ਦੀ ਗੱਲ ਕਰ ਲਈ, ਅੱਜ ਵੱਡਾ ਅੰਦੋਲਨ ਖੇਤੀ ਕਾਨੂੰਨਾਂ ਦੇ ਖਿਲਾਫ ਖੜ੍ਹਾ ਹੋਇਆ ਵਾ, ਕੀ ਲੱਗਦਾ ਨਹੀਂ ਵੀ ਜੇ ਅਸੀਂ ਅੰਦੋਲਨ ਪਹਿਲਾਂ ਖੜ੍ਹਾ ਕੀਤਾ ਹੁੰਦਾ ਅੱਜ ਇਹ ਨੌਬਤ ਨਾ ਆਉਂਦੀ? ਬਿਲਕੁਲ ਜੀ, ਕਿਤੇ ਨਾ ਕਿਤੇ ਜੇ ਨੋਟਬੰਦੀ ਜਿਸ ਵਕਤ ਕੀਤੀ ਸੀਗੀ ਉਸ ਵਕਤ ਹੀ ਅਸੀਂ ਲੋਕ ਇਸੇ ਤਰ੍ਹਾਂ ਜਾਗਰੂਕ ਹੋ ਕੇ ਉੱਠ ਕੇ ਖੜ੍ਹੇ ਹੋ ਜਾਂਦੇ, ਅਤੇ ਸ਼ਾਇਦ ਉਹ ਨੈਕਸਟ ਸਟੈਪ ਜਿਹੜੇ ਉਹਨਾਂ ਦੇ ਉੱਤੇ ਉਹਨਾਂ ਦੇ ਕੋਈ ਨਾ ਕੋਈ ਅੰਕੁਸ਼ ਲੱਗ ਸਕਦਾ ਸੀਗਾ। ਲੇਕਿਨ ਉਸ ਵਕਤ ਲੱਗਦਾ ਸੀਗਾ ਕਿ ਚਲੋ ਸਰਕਾਰ ਹੈਗੀ ਹੈ, ਸਰਕਾਰ ਨੇ ਕੁਛ ਸੋਚ ਕੇ ਕੀਤਾ ਹੋਏਗਾ, ਲੇਕਿਨ ਵਨ ਬਾਏ ਵਨ ਰਾਤ ਨੂੰ 8 ਵਜੇ ਆ ਜਾਂਦਾ ਜੀ ਮਨ ਕੀ ਬਾਤ ਕਰਾਂਗੇ, ਜਿਸ ਵਕਤ ਮਨ ਕੀ ਬਾਤ ਸ਼ਬਦ ਆਉਂਦਾ ਨਾ ਜੀ ਦਿਲ ਧੜਕ ਜਾਂਦੇ ਹੈ ਕਿ ਪਤਾ ਨਹੀਂ ਕਿਹੜਾ ਫਰਮਾਨ ਜਾਰੀ ਹੋਣ ਵਾਲਾ ਹੈਗਾ, ਉਹ ਨੈਕਸਟ ਫਰਮਾਨ ਜਾਰੀ ਹੋ ਜਾਂਦਾ। ਹੁਣ ਹਾਰ ਕੇ ਲੋਕ ਉੱਠ ਖੜ੍ਹੇ ਹੋਏ ਆ, ਜਦੋਂ ਦਿਖਾਈ ਦੇ ਰਿਹਾ ਸਾਹਮਣੇ ਕਿ ਜੋ ਚੀਜ਼ ਅੱਜ ਸਾਨੂੰ 5 ਰੁਪਏ ਦੀ ਮਿਲ ਰਹੀ ਆ, ਆਉਣ ਵਾਲੇ ਵਕਤ ਸਾਨੂੰ ਉਹੀ 50 ਰੁਪਏ ਦੀ ਖਰੀਦਣੀ ਪਈ ਨੇਗੀ, ਅਤੇ ਲੋਕ ਅੱਜ ਕਿਸ ਤਰ੍ਹਾਂ ਨਹੀਂ ਬੋਲਣਗੇ, ਹਾਰ ਕੇ ਲੋਕ ਬੋਲੇ ਹੈਗੇ ਆ, ਔਰ ਅੱਜ ਵੀ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਤੇ ਅਰੈਸਟਾਂ ਪਾਈਆਂ ਜਾ ਰਹੀਆਂ, ਕਿਤੇ ਪਰਚੇ ਦਿੱਤੇ ਜਾ ਰਹੇ ਹੈਗੇ ਆ, ਲੇਕਿਨ ਲੋਕ ਮੈਂ ਨਾ ਮਾਨੂੰ ਵਾਲੀ ਨੀਤੀ ਦੇ ਉੱਤੇ ਚੱਲ ਰਹੇ ਕਿ ਮੈਂ ਨਾ ਮਾਨੂੰ, ਇਹ ਈਗੋ ਦੇ ਵਿੱਚ ਨਹੀਂ ਲਿਜਾਣਾ ਚਾਹੀਦਾ, ਲੇਕਿਨ ਲੋਕਾਂ ਦੇ ਹਿੱਤ ਦੇ ਵਿੱਚ ਲੋਕਾਂ ਦੀ ਰਾਏ ਦੇ ਨਾਲ ਹੀ ਕਾਨੂੰਨ ਬਣਨੇ ਚਾਹੀਦੇ। ਪਿਛਲੇ 2-2.5 ਮਹੀਨੇ ਤੋਂ ਸਿੰਘੂ ਬਾਰਡਰ
ਦੇ ਉੱਤੇ ਜਾਂ ਟਿੱਕਰੀ ਬਾਰਡਰ ਉੱਤੇ ਮੋਰਚਾ ਲੱਗਿਆ ਹੋਇਆ, ਲੰਗਰਾਂ ਦੀ ਵਿਵਸਥਾ ਵਾ, ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ। ਸੋ ਜਦੋਂ ਆਸ ਪਾਸ ਦੇ ਲੋਕਾਂ ਨਾਲ ਗੱਲ ਕਰੀ ਦੀ ਆ, ਉਹ ਕਹਿੰਦੇ ਵੀ ਇਹ ਮੋਰਚਾ ਲੱਗਿਆ ਰਹਿਣਾ ਚਾਹੀਦਾ, ਭਾਵੇਂ ਇਹ ਕਾਨੂੰਨ ਵਾਪਸ ਵੀ ਹੋ ਜਾਣ, ਇਹ ਜਿਹੜਾ ਮੋਰਚਾ ਵਾ ਚੱਲਦਾ ਰਹਿਣਾ ਚਾਹੀਦਾ, ਕਿਉਂਕਿ ਸਾਨੂੰ ਹਰੇਕ ਚੀਜ਼ ਦੀ ਫੈਸਿਲਿਟੀ ਇੱਥੋਂ ਮਿਲ ਰਹੀ ਆ। ਪਰ ਜੋ ਬੀਤੇ ਦਿਨ ਹੋਇਆ ਵਾ, BJP ਦੇ ਲੋਕ ਜੋ ਉੱਥੋਂ ਦੇ ਐਲੀਗੇਸ਼ਨ ਲਗਾ ਰਹੇ ਨੇ, ਕਾਨੂੰਨ ਜਿਹੜੇ ਕਿਸਾਨ ਆਗੂ ਐਲੀਗੇਸ਼ਨ ਲਗਾ ਰਹੇ ਨੇ, BJP ਲੋਕਾਂ ਨੇ ਉੱਥੇ ਆ ਕੇ ਪਥਰਾਅ ਕੀਤਾ, ਲੰਗਰਾਂ ਦੇ ਉੱਤੇ ਆ ਕੇ ਪਥਰਾਅ ਕੀਤਾ, ਭੰਨਤੋੜ ਕੀਤੀ ਸਮਾਨ ਦੀ, ਪੁਲਿਸ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ। ਕਿਵੇਂ ਦੇਖਦੇ ਹੋ? ਦੇਖੋ, ਇਹ ਬਹੁਤ ਮੰਦਭਾਗੀ ਗੱਲ ਹੈਗੀ ਹੈ ਕਿ ਤੁਸੀਂ ਇੱਕ ਆਪਣੀ ਪਾਰਟੀ ਦੇ ਜਿਹੜੇ ਵਰਕਰ ਹੈਗੇ ਆ ਉਹਨਾਂ ਨੂੰ ਭੇਜ ਕੇ ਤੁਸੀਂ ਉੱਥੇ ਪਥਰਾਵ ਕਰਾ ਰਹੇ ਹੋ। ਇਹ ਜੀ ਬਾਬਾ ਨਾਨਕ ਦਾ ਚਲਾਇਆ ਹੋਇਆ ਲੰਗਰ ਹੈ ਜਿਹੜਾ ਸਦੀਆਂ ਤੋਂ ਚੱਲਦਾ ਆ ਰਿਹਾ ਔਰ ਸਦੀਆਂ ਤੱਕ ਅੱਗੇ ਚੱਲਦਾ ਹੀ ਰਹਿਣਾ, ਇਹਨੂੰ ਕੋਈ ਅੱਜ ਤੱਕ ਰੋਕ ਨਹੀਂ ਸਕਿਆ ਹੈਗਾ ਔਰ ਨਾ ਹੀ ਕਿਤੇ ਰੁਕਿਆ ਅੱਜ ਤੱਕ। ਤੁਸੀਂ ਦੇਖ ਹੀ ਰਹੇ ਹੋ ਸਰਕਾਰ ਵੱਲੋਂ ਇੰਨੀ ਸਖਤੀਆਂ ਹੋਣ ਦੇ ਬਾਵਜੂਦ ਖੁੱਲ੍ਹੇ ਲੰਗਰ ਉੱਥੇ ਚੱਲ ਰਹੇ ਹੈਗੇ ਆ ਔਰ ਲੋਕ ਵੀ ਕਹਿਣ ਨੂੰ ਮਜਬੂਰ ਹੋ ਗਏ ਕਿ ਇਸ ਤਰ੍ਹਾਂ ਹੀ ਲੰਗਰ ਚੱਲਦੇ ਹੀ ਰਹਿਣ। ਅਤੇ ਇਹ ਮੈਨੂੰ ਨਹੀਂ ਲੱਗਦਾ ਕਿ ਇਹ ਮੋਦੀ ਸਰਕਾਰ ਜਿਹੜੀ ਹੈਗੀ ਆ, ਅੱਜ ਜਿਹੜੀ ਇਹ ਐਜੀਟੇਸ਼ਨ ਸਾਡੀ ਚੱਲ ਰਹੀ ਹੈਗੀ ਆ ਕਿਸਾਨ ਵੀਰਾਂ ਦੀ, ਇਹਨੂੰ ਰੋਕ ਪਾਉਣਗੇ। ਇਹਨਾਂ ਨੂੰ ਇਹਦੇ 'ਤੇ ਵਿਚਾਰ ਕਰਨਾ ਹੀ ਪਏਗਾ ਔਰ ਇਹਨਾਂ ਨੂੰ ਕਾਨੂੰਨ ਵਾਪਿਸ ਹੀ ਕਰਨੇ ਪੈਣਗੇ। ਉਸ ਸਵਾਲ 'ਤੇ ਆਊਂਗਾ, ਜਿਹੜਾ RSS ਦਾ ਪਿਛੋਕੜ ਰਿਹਾ ਵਾ ਉਹ ਰਿਹਾ ਵੀ ਇਹਨਾਂ ਨੇ ਅੰਗਰੇਜ਼ਾਂ ਤੋਂ ਮਾਫੀਆਂ ਮੰਗੀਆਂ ਨੇ, ਦੇਸ਼ ਦੇ ਖਿਲਾਫ਼ ਭੁਗਤ ਰਹੇ ਨੇ, ਪਰ ਅੱਜ BJP ਵੱਡੇ ਪੱਧਰ 'ਤੇ ਸਰਟੀਫਿਕੇਸ਼ਨ ਕਰ ਰਹੀ ਆ, ਸਰਟੀਫਿਕੇਟ ਵੰਡ ਰਹੀ ਆ ਵੀ ਇਹ ਦੇਸ਼ ਧਰੋਈ ਆ, ਇਹ ਦੇਸ਼ ਪ੍ਰੇਮੀ ਹੈਗਾ ਵਾ, ਕਿ ਸਾਨੂੰ ਸਰਟੀਫਿਕੇਟ ਲੈਣ ਦੀ ਜ਼ਰੂਰਤ ਹੈਗੀ ਆ ਸਾਨੂੰ ਦੇਸ਼ ਵਾਸੀਆਂ ਨੂੰ? ਨਹੀਂ ਜੀ, ਸਾਨੂੰ ਇਹਨਾਂ ਦੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈਗੀ। ਤੁਸੀਂ ਆਪਾਂ ਪਿੱਛੇ ਚੱਲ ਕੇ ਦੇਖ ਲਈਏ, ਸਾਡੇ ਸੁਤੰਤਰਤਾ ਸੰਗਰਾਮ ਦੇ ਵਿੱਚ ਸਾਡੀ ਕਾਂਗਰਸ ਪਾਰਟੀ ਦੇ ਸਾਡੇ ਸਾਰੇ ਨੇਤਾ ਜਿਹੜੇ ਹੈਗੇ ਆ ਉਹ ਸੀਗੇ ਔਰ ਉਹਨਾਂ ਨੇ ਭਾਰਤ ਦੇਸ਼ ਨੂੰ ਆਜ਼ਾਦ ਕਰਵਾਇਆ। ਉਦੋਂ ਇਹ BJP ਵਾਲੇ ਕਿੱਥੇ ਸੀਗੇ? 70 ਸਾਲ ਦੇ ਵਿੱਚ ਅੱਜ ਸੂਈ ਤੋਂ ਜਹਾਜ਼ ਤੱਕ ਜਿਹੜਾ ਹੈਗਾ ਭਾਰਤ ਦੇਸ਼ ਦੇ ਵਿੱਚ ਬਣਨ ਲੱਗ ਪਿਆ ਹੈਗਾ, ਇਹ ਸਾਰੀ ਕਾਂਗਰਸ ਦੀ ਹੀ ਦੇਣ ਹੈ। ਔਰ ਅੱਜ ਇਹ ਮੈਂ ਤਾਂ ਕਹਾਂਗੀ 70 ਸਾਲ ਪਿੱਛੇ ਲੈ ਗਏ ਹੈ BJP ਵਾਲੇ, ਇਹਨਾਂ 6 ਸਾਲਾਂ ਦੇ ਵਿੱਚ 70 ਸਾਲ ਪਿੱਛੇ ਚਲਾ ਗਿਆ ਸਾਡਾ ਭਾਰਤ ਦੇਸ਼। ਔਰ ਦੁਬਾਰਾ ਜਿਸ ਵਕਤ ਵੀ ਸਰਕਾਰ ਸਾਡੀ ਆਏਗੀ ਕਾਂਗਰਸ ਦੀ, ਤਾਂ ਪਤਾ ਨਹੀਂ ਦੁਬਾਰਾ ਕਿੰਨੀ ਮਿਹਨਤ ਕਰਨੀ ਪੈਣੀ ਹੈ ਅਤੇ ਕਿਸ ਤਰ੍ਹਾਂ ਦੁਬਾਰਾ ਇਹ ਜੋ ਇਹਨਾਂ ਨੇ ਨੁਕਸਾਨ ਪਹੁੰਚਾ ਤੇ ਸਾਡੇ ਦੇਸ਼ ਨੂੰ, ਉਹਨਾਂ ਨੂੰ ਠੀਕ ਕਰਨ ਵਾਸਤੇ। ਆਖਰੀ ਸਵਾਲ ਲਊਂਗਾ, ਦੁਬਾਰਾ ਜਿਹੜਾ ਸਟਾਰਟਿੰਗ ਤੋਂ ਸਵਾਲ ਸੀਗਾ, BJP ਡਿਬੇਟ ਤੋਂ ਭੱਜ ਰਹੀ ਆ, ਚਰਚਾ ਤੋਂ ਭੱਜ ਰਹੀ ਆ, ਤੁਸੀਂ ਵੀ ਅੱਜ ਆਏ ਹੋ, 1.5 ਘੰਟਾ ਤੁਹਾਨੂੰ ਇੱਥੇ ਵੇਟ ਕਰਨੀ ਪਈ ਆ, ਐਂਡ ਆਫ ਦੀ ਐਂਡ ਕੋਈ ਜਵਾਬ ਨਹੀਂ ਆਇਆ, ਕੋਈ ਫੋਨ ਨਹੀਂ ਚੱਕ ਰਿਹਾ, ਕਿਵੇਂ ਦੇਖਦੇ ਹੋ ਅਤੇ ਕੀ ਸਲਾਹ ਦਿਓਗੇ BJP? ਬਿਲਕੁਲ ਤੁਹਾਡੇ ਸਾਹਮਣੇ ਹੈਗਾ ਕਿ ਉਹ ਕਿਉਂ ਭੱਜ ਰਹੇ ਆ, ਕਿਉਂਕਿ ਉਹ ਝੂਠੇ ਆ। ਜਿਹੜਾ ਸੱਚਾ ਬੰਦਾ ਹੁੰਦਾ ਉਹ ਤਾਂ ਕਦੇ ਵੀ ਨਹੀਂ ਭੱਜਦਾ। ਅਸੀਂ ਇੱਥੇ 1.5 ਘੰਟੇ ਦੇ ਖੜੇ ਹਾਂ, ਕਿਉਂ ਖੜੇ ਹੈਗੇ ਆ? ਕਿਉਂਕਿ ਸਾਨੂੰ ਪਤਾ ਅਸੀਂ ਆਪਣੇ ਹੱਕਾਂ ਦੀ ਮੰਗ ਕਰਨੀ ਹੈਗੀ ਆ, ਅਸੀਂ ਆਪਣੇ ਕਿਸਾਨ ਵੀਰਾਂ ਦੇ ਨਾਲ ਖੜੇ ਹੈਗੇ ਆ, ਲੇਕਿਨ ਉਹ ਕਿਉਂ ਭੱਜਦੇ ਆ? ਉਹਨਾਂ ਦੇ ਕੋਲ ਕੋਈ ਜਵਾਬ ਨਹੀਂ ਹੈਗਾ ਦੇਣ ਨੂੰ, ਇਸ ਕਰਕੇ ਭੱਜਦੇ ਆ। ਸਵਾਲ ਤੁਹਾਨੂੰ ਆਖਰੀ ਸਵਾਲ ਰਹਿ ਗਿਆ, ਅੱਜ ਤਿਰੰਗਾ ਯਾਤਰਾ ਕੱਢੀ ਗਈ ਆ, ਕਦੇ ਪ੍ਰਭੂ ਰਾਮ ਦਾ ਆਸਰਾ ਲੈਂਦੇ ਨੇ, ਕਦੇ ਗੰਗਾ ਮਈਆ ਦਾ ਆਸਰਾ ਲੈਂਦੇ ਨੇ, ਹੁਣ ਤਿਰੰਗੇ ਦਾ ਆਸਰਾ ਲਿਆ ਜਾ ਰਿਹਾ, ਕਿਵੇਂ ਦੇਖਦੇ? ਤਿਰੰਗਾ ਝੰਡਾ ਇਹਨਾਂ ਦਾ ਪਰਸਨਲ ਝੰਡਾ ਨਹੀਂ ਹੈਗਾ, ਇਹ ਸਾਡੇ ਦੇਸ਼ ਦਾ ਝੰਡਾ ਹੈ ਔਰ ਬਹੁਤ ਹੀ ਸਤਿਕਾਰਯੋਗ, ਸਾਡੇ ਦੇਸ਼ ਦਾ ਪੂਜਨਯੋਗ ਸਾਡਾ ਝੰਡਾ ਹੈਗਾ ਵੈ। ਅੱਜ ਤੱਕ 70 ਸਾਲ ਦੇ ਵਿੱਚ ਆਪਾਂ ਦੇਖਦੇ ਆਏ ਹਾਂ ਕਿ ਇਹ 26 ਜਨਵਰੀ ਨੂੰ, 15 ਅਗਸਤ ਨੂੰ BJP ਵਾਲੇ ਜਿਹੜੇ ਹੈਗੇ ਆ ਇਹ ਤਿਰੰਗੇ ਝੰਡੇ ਦੀ ਜਗ੍ਹਾ 'ਤੇ ਆਪਣਾ BJP ਦਾ ਝੰਡਾ ਫੁੱਲ ਵਾਲਾ ਲਹਿਰਾਉਂਦੇ ਰਹੇ ਆ, ਲੇਕਿਨ ਅੱਜ ਇਹਨਾਂ ਨੂੰ ਤਿਰੰਗਾ ਝੰਡਾ ਦੀ ਯਾਦ ਆ ਗਈ ਔਰ ਅੱਜ ਯਾਤਰਾ ਕੱਢਣ ਲੱਗ ਪਏ। ਲੇਕਿਨ ਜਦੋਂ ਇਹ ਸਾਡੇ ਤਿਰੰਗੇ ਨੂੰ ਇੱਕ ਸਾਈਡ 'ਤੇ ਕਰਕੇ ਆਪਣੇ BJP ਦੇ ਝੰਡੇ ਲਹਿਰਾਉਂਦੇ ਰਹੇ ਆ, ਉਦੋਂ ਇਹਨਾਂ ਨੂੰ ਯਾਦ ਨਹੀਂ ਸੀ ਸਾਡਾ ਤਿਰੰਗਾ ਹੈਗਾ ਵੈ। ਨਾਗਪੁਰ ਦੇ ਦਫ਼ਤਰ ਦੇ ਵਿੱਚ 52 ਸਾਲ ਤੱਕ ਤਿਰੰਗੇ ਦਾ ਝੰਡਾ ਨਹੀਂ ਲਹਿਰਾਇਆ ਗਿਆ ਸੀਗਾ, ਤਿਰੰਗਾ ਨਹੀਂ ਲਹਿਰਾਇਆ ਗਿਆ ਸੀ, BJP ਨੇ ਆਪਣਾ ਝੰਡਾ ਲਹਿਰਾਇਆ ਸੀ, ਫਿਰ ਅੱਜ ਉਹ ਕਿੱਦਾਂ ਤਿਰੰਗੇ ਦੀ ਇੱਜ਼ਤ 'ਤੇ ਗੱਲ ਕਰ ਸਕਦੇ? ਮੈਂ ਇਹ ਕਹਿਣਾ ਚਾਹੁੰਦੀ ਹਾਂ ਜੀ, ਇਹ ਇਕੱਲਾ ਅੰਦੋਲਨ ਕਿਸਾਨਾਂ ਦਾ ਨਹੀਂ ਹੈਗਾ,
ਇਹ ਗੱਲ ਸਮਝ ਲੈਣੀ ਚਾਹੀਦੀ, ਕਿਉਂਕਿ ਜਿਹੜਾ ਆਪਣਾ ਸ਼ਹਿਰੀ ਤਬਕਾ ਨਾ ਉਹ ਇਹ ਸੋਚਦਾ, ਕਿਉਂਕਿ ਉੱਥੇ ਅਸੀਂ ਸਿੰਘੂ 'ਤੇ, ਟਿੱਕਰੀ 'ਤੇ, ਗਾਜੀਪੁਰ, ਚਿੱਲਾ ਸਾਰੇ ਪਾਸੇ ਦੇਖਿਆ ਕਿ ਜ਼ਿਆਦਾ ਜਿਹੜੇ ਨੇ ਕਿਸਾਨ ਜਿਹੜੇ ਚਲੋ ਪਿੰਡਾਂ ਨਾਲ ਬਿਲੋਂਗ ਕਰਦੇ ਹੁੰਦੇ, ਪਰ ਆਪਾਂ ਜਿਹੜੇ ਸ਼ਹਿਰ ਵਾਲੇ ਹਾਂ ਆਪਾਂ ਰੋਟੀ ਤਾਂ ਸਾਰੇ ਖਾਂਦੇ ਹਾਂ ਨਾ, ਸਾਰੇ ਅਨਾਜ ਖਾਂਦੇ, ਸਾਰਿਆਂ ਨੂੰ ਮਹਿੰਗਾ ਮਿਲੂਗਾ, ਇਸ ਕਰਕੇ ਆਪਾਂ ਨੂੰ ਹੰਬਲਾ ਮਾਰ ਕੇ ਸਾਰਿਆਂ ਨੂੰ ਉੱਥੇ ਪਹੁੰਚਣਾ ਚਾਹੀਦਾ, ਚਾਹੇ ਉਹ ਪੜ੍ਹਿਆ ਲਿਖਿਆ, ਚਾਹੇ ਜੋ ਵੀ ਹੈ, ਚਾਹੇ ਉਹ ਵਕੀਲ ਆ, ਚਾਹੇ ਕਿਸੇ ਵੀ ਵਰਗ ਦੇ ਨਾਲ ਕੋਈ ਵੀ ਰਿਲੇਟਡ ਕਰਦਾ ਹੈਗਾ। ਜਿੱਦਾਂ 3 ਦਿਨ ਪਹਿਲਾਂ ਇੰਨਾ ਜ਼ਿਆਦਾ ਉੱਥੇ ਝਟਕਾ ਲੱਗ ਗਿਆ ਸੀਗਾ ਕਿ ਪਤਾ ਨਹੀਂ ਖਤਮ ਹੋ ਜਾਣਾ, ਉਹਨਾਂ ਦੇ ਉੱਤੇ ਇੰਨੀਆਂ ਡਾਂਗਾ ਵਰਾਈਆਂ, ਇੰਨਾ ਕੁਛ ਕੀਤਾ ਹੈਗਾ, ਅਤੇ ਆਪਾਂ ਨੂੰ ਸਾਰਿਆਂ ਨੂੰ ਇੱਕਜੁੱਟ ਹੋਣਾ ਪੈਂਦਾ। ਮੈਨੂੰ ਹਜੇ ਤੱਕ ਵੀ ਇਹ ਗੱਲਾਂ ਸੁਣਨ ਨੂੰ ਮਿਲਣੀਆਂ ਕਿ ਇਹਦਾ ਕੀ ਹੈ, ਤਾਂ ਕਿਸਾਨ ਨੇ, ਇਹ ਕਿਸਾਨ ਬੈਠੇ ਹੋਏ ਆ, ਇਹ ਉੱਥੇ ਵੀ ਬੈਠੇ ਰਹਿੰਦੇ, ਇੱਥੇ ਵੀ ਆ ਕੇ ਵਿਹਲੇ ਬੈਠ ਗਏ, ਇੱਥੇ ਦੁੱਧ ਪੀਂਦੇ, ਇੱਥੇ ਆਹ ਕਰਦੇ, ਇੱਥੇ ਤਾਂ ਆਏ ਕਰਦੇ, ਇਹ ਪਿਕਨਿਕ ਮਨਾਉਣ ਆਏ ਹੋਏ ਆ, ਇਹ ਪਿਕਨਿਕ ਨਹੀਂ ਹੈਗੀ, ਇਹ ਅਸੀਂ ਆਪਣੇ ਹੱਕ ਲੈਣ ਆਏ ਹੈਗੇ ਆ। ਅਤੇ ਮੇਰੀ ਸਾਰਿਆਂ ਨੂੰ ਇਹੀ ਰਿਕੁਐਸਟ ਆ ਨਾ ਕਿ ਆਪਾਂ ਚਾਹੇ ਸ਼ਹਿਰ 'ਚ ਰਹਿੰਦੇ ਹੋ, ਚਾਹੇ ਪਿੰਡ 'ਚ ਰਹਿੰਦੇ ਹੋ, ਚਾਹੇ ਕਸਬੇ 'ਚ ਰਹਿੰਦੇ ਹੋ, ਆਪਾਂ ਨੂੰ ਇਹਦੇ ਵਿੱਚ ਵੱਧ ਤੋਂ ਵੱਧ ਇਸ ਅੰਦੋਲਨ ਦੇ ਵਿੱਚ ਆਪਾਂ ਨੂੰ ਹਿੱਸਾ ਲੈਣਾ ਚਾਹੀਦਾ ਹੈਗਾ। ਬਹੁਤ ਬਹੁਤ ਧੰਨਵਾਦ ਜੀ। ਇਹ ਅਸੀਂ ਕਹਿਣ ਨੂੰ ਜ਼ਰੂਰ, ਅਸੀਂ ਇੱਕ ਨਾਮ ਦਿੱਤਾ ਕਿ ਕਿਸਾਨ ਅੰਦੋਲਨ ਹੈਗਾ, ਲੇਕਿਨ ਕਿਸਾਨਾਂ ਦੇ ਨਾਲ ਹੀ ਸਭ ਜੁੜੇ ਹੋਏ ਆ। ਕਿਸਾਨ ਸਾਡੇ ਅੰਨਦਾਤਾ ਨੇ, ਜਿਸ ਵੀ ਵਿਅਕਤੀ ਨੇ ਰੋਟੀ ਖਾਣੀ, ਚਾਹੇ ਉਹ ਵਪਾਰਿਕ ਵਰਗ ਹੈਗਾ, ਮਜ਼ਦੂਰ ਵਰਗ ਹੈਗਾ, ਚਾਹੇ ਉਹ ਵਕੀਲ ਨੇ, ਡਾਕਟਰਸ ਨੇ, ਕੋਈ ਵੀ ਹੈ ਵਿਅਕਤੀ, ਹੁਣ ਜਿਨ੍ਹਾਂ ਨੇ ਖਾਣਾ ਖਾਣਾ, ਉਹ ਜਦੋਂ ਸਾਡੇ ਅੰਨਦਾਤਾ ਸਾਨੂੰ ਅੰਨ ਦੇਣਗੇ ਤਾਂ ਸਾਡੇ ਸਾਰਾ ਹਰ ਵਰਗ ਉਹਨਾਂ ਦੇ ਨਾਲ ਰਿਲੇਟਿਡ ਹੈਗਾ। ਇਹ ਉਹਨਾਂ ਦਾ ਇਕੱਲਿਆਂ ਦਾ ਅੰਦੋਲਨ ਨਹੀਂ ਹੈ, ਸਾਡਾ ਸਭ ਦਾ ਅੰਦੋਲਨ ਹੈ। ਮੈਂ ਬਹੁਤ ਕਿਤੇ ਪੜ੍ਹਿਆ ਸੀਗਾ, ਇਫ ਯੂ ਕਾਂਟ ਫਲਾਈ ਦੈਨ ਰਨ, ਇਫ ਯੂ ਕਾਂਟ ਰਨ ਦੈਨ ਵਾਕ, ਇਫ ਯੂ ਕਾਂਟ ਵਾਕ ਦੈਨ ਕਰੋਲ, ਬਟ ਬਾਏ ਆਲ ਮੀਨਸ ਡੂ ਵਟ ਐਵਰ ਡੂ ਯੂ ਡੂ। ਸੋ ਕਹਿਣਾ ਇਹੀ ਚਾਹਾਂਗੀ ਕਿ ਜਿਹੜਾ ਕੋਈ ਜਿੱਥੇ ਕਿਤੇ ਵੀ ਹੈਗਾ ਵਾ, ਜਿਸ ਤਰ੍ਹਾਂ ਦਾ ਵੀ ਯੋਗਦਾਨ ਇਸ ਵਿੱਚ ਪਾ ਸਕਦਾ ਹੈ ਤਾਂ ਜ਼ਰੂਰ ਪਾਵੇ। ਆਪਾਂ ਜੇ ਲੰਗਰਾਂ ਦੀ ਗੱਲ ਕਰਦੇ ਹਾਂ ਤਾਂ ਇਹ ਹੁਣੇ ਮੇਰੇ ਨਾਲ ਗੱਲ ਕਰ ਰਹੇ ਸੀਗੇ ਕਿ ਜੇ ਜਿਸ ਵਕਤ ਲੋਕਡਾਊਨ ਸੀਗਾ, ਤੁਸੀਂ ਮੈਂ ਦੇਖੋ ਸਰਕਾਰ ਕਿੱਥੇ ਸੀਗੀ, ਉਸ ਵਕਤ ਇਹੀ ਸਾਡੇ ਕਿਸਾਨ ਸੀਗੇ, ਇਹੀ ਸਾਡੇ ਅੰਨਦਾਤਾ ਸੀਗੇ ਜਿਨ੍ਹਾਂ ਨੇ ਕਿ ਖੁੱਲ੍ਹੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਸਭ ਜਗ੍ਹਾ ਦੇ ਉੱਤੋਂ ਖੁੱਲ੍ਹੇ ਲੰਗਰ ਲੱਗੇ। ਖਾਲਸਾ ਏਡ ਵਾਲਿਆਂ ਨੇ ਉਦੋਂ ਲਾਇਆ ਸੀ ਲੰਗਰ, ਜਿਨ੍ਹਾਂ ਨੂੰ ਗੁਰਦੁਆਰਿਆਂ ਦੀਆਂ ਗੋਲਕਾਂ ਖੋਲ ਦਿੱਤੀਆਂ ਗਈਆਂ ਸੀਗੀਆਂ। ਹੁਣ ਕਹਿੰਦੇ ਹੈਗੇ ਕਿ ਉਹ ਅੱਤਵਾਦੀ ਨੇ ਖਾਲਸਾ ਵਾਲੇ ਨੂੰ ਰਵੀ ਸਿੰਘ ਦੇ ਅਗੇਂਸਟ ਗੱਲ ਕੀਤੀ ਹੈ, ਜਦੋਂ ਇਹ ਗੁਰਦੁਆਰੇ ਮੱਥਾ ਟੇਕਣ ਜਾਂਦੇ ਆ ਤੇ ਇਹਨਾਂ ਨੂੰ ਕੇਸਰੀ ਕਲਰ ਨਾਲ ਹੀ ਇਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਆਪਣਾ ਮੋਦੀ ਸਾਹਿਬ ਨੂੰ। ਉਸ ਵੇਲੇ ਤੇ ਅਸੀਂ ਜਦੋਂ ਸਿਰੋਪੇ ਪੈਂਦੇ, ਜਿਹੜੇ ਸਰਹੰਦ ਤੇ ਬੈਠੇ ਨੇ ਨਾ ਜਵਾਨ, ਉਹ ਵੀ ਇਹਨਾਂ ਦੇ ਪੁੱਤ ਨੇ, ਉਹ ਵੀ ਕਿਸਾਨਾਂ ਦੇ ਪੁੱਤ ਨੇ, ਉਹ ਜੇ ਉੱਥੇ ਬੈਠੇ ਹੁੰਦੇ ਆ ਤਾਂ ਉਹ ਦੇਸ਼ ਭਗਤ ਹੁੰਦੇ ਆ, ਜਦੋਂ ਉਹ ਆਪਣਾ ਚੋਲਾ ਲਾ ਕੇ ਆਪਣਾ ਜਦੋਂ ਇੱਥੇ ਹੱਕ ਮੰਗਦੇ ਆ ਤੇ ਉਹ ਦੇਸ਼ ਧਰੋਹੀ ਹੋ ਜਾਂਦੇ, ਇਹ ਕਿੱਥੋਂ ਦਾ ਇਨਸਾਫ ਆ। ਸਾਰੇ ਹੋਮ ਮੇਕਰ ਹੋਣ ਦੇ ਬਾਵਜੂਦ ਵੀ ਸਮਾਂ ਕੱਢ ਕੇ ਇਹਨਾਂ ਚੀਜ਼ਾਂ ਵਿੱਚ ਆਪਣਾ ਪਾਰਟੀਸਪੇਸ਼ਨ ਦੇ ਰਹੇ ਆ। ਆਈ ਐਮ ਬੀਇੰਗ ਅ ਮੋਟੀਵੇਸ਼ਨਲ ਸਪੀਕਰ, ਮੈਂ ਹਮੇਸ਼ਾ ਸਭ ਨੂੰ ਮੋਟੀਵੇਟ ਕਰਦੀ ਹਾਂ ਕਿ ਇਸ ਜਿਹੜਾ ਤੁਹਾਡਾ ਸਾਡਾ ਅੰਦੋਲਨ ਚੱਲ ਰਿਹਾ, ਸਾਨੂੰ ਵੱਧ ਤੋਂ ਵੱਧ ਬੱਚਿਆਂ ਸਮੇਤ, ਬੁੜਿਆਂ ਸਮੇਤ, ਹਰ ਇੱਕ ਬਜ਼ੁਰਗ ਦੇ ਸਮੇਤ ਇਹਦੇ ਵਿੱਚ ਹਿੱਸਾ ਲੈਣਾ ਚਾਹੀਦਾ। ਸੋ ਤੁਸੀਂ ਸੁਣਿਆ ਅੱਜ ਜਿਹੜੀ ਚਰਚਾ ਸੀ, ਹਾਲਾਂਕਿ ਚਰਚਾ ਸਾਡੀ ਮਹਿਲਾ ਬੀਜੇਪੀ ਅਤੇ ਮਹਿਲਾ ਕਾਂਗਰਸ ਨਾਲ ਸੀ, ਪਰ ਉਹ ਚਰਚਾ ਮਹਿਲਾ ਕਾਂਗਰਸ ਦੀ ਹੋਰ ਨਿਬੜੀ ਹੈ, ਕਿਉਂਕਿ ਭਾਜਪਾ ਵਾਲੇ ਵਾਰ ਵਾਰ ਝੂਠੇ ਹੋਣ ਦੇ ਕਰਕੇ ਡਿਬੇਟਾਂ ਤੋਂ, ਚਰਚਾਵਾਂ ਤੋਂ ਭੱਜਦੇ ਨੇ। ਸੋ ਬਹੁਤ ਵੱਡੀਆਂ ਗੱਲਾਂ ਕੀਤੀਆਂ ਨੇ ਮਹਿਲਾ ਕਾਂਗਰਸ ਆਗੂਆਂ ਨੇ, ਜਿੱਥੋਂ ਤੱਕ ਅੱਤਵਾਦੀ ਕਹਿਣ ਦੀ ਗੱਲ ਆ, ਸੋ ਸਾਨੂੰ ਬੀਜੇਪੀ ਤੋਂ ਸਰਟੀਫਿਕੇਸ਼ਨ ਲੈਣ ਦੀ ਲੋੜ ਨਹੀਂ ਹੈਗੀ। ਜਿਹੜੇ ਸਾਡੇ ਕਿਸਾਨ ਸਿੰਘੂ ਬਾਰਡਰ, ਟਿੱਕਰੀ ਬਾਰਡਰ ਜਾਂ ਉੱਥੇ ਬੈਠੇ ਨੇ, ਤਾਂ ਉਹਨਾਂ ਦੇ ਪੁੱਤ ਰੋਜ਼ਾਨਾ ਲਾਸ਼ਾਂ ਲਿਪਟ ਕੇ ਆ ਰਹੀਆਂ ਨੇ ਤਿਰੰਗੇ ਦੇ ਵਿੱਚ, ਸੋ ਸਾਨੂੰ ਤਿਰੰਗੇ ਦੀ ਡੈਫੀਨੇਸ਼ਨ ਦੇਣ ਦੀ ਜ਼ਰੂਰਤ ਨਹੀਂ ਹੈਗੀ, ਸਾਨੂੰ ਦੱਸਣ ਦੀ ਲੋੜ ਨਹੀਂ ਹੈਗੀ ਵੀ ਤਿਰੰਗਾ ਕੀ ਹੁੰਦਾ। ਤਿਰੰਗਾ ਯਾਤਰਾ ਕਰੇ ਪ੍ਰਭੂ ਨਾਮ ਦੇ ਉੱਤੇ ਤੁਸੀਂ ਯਾਤਰਾਵਾਂ ਕੱਢਦੇ
ਹੋ। ਅੱਜ ਤੁਹਾਨੂੰ ਤਿਰੰਗਾ ਚੇਤੇ ਆ ਗਿਆ, ਉਹ ਤਿਰੰਗਾ ਕਿੱਥੇ ਜਦੋਂ RSS ਦੇ ਹੈੱਡਕੁਆਰਟਰ ਦੇ ਉੱਤੇ ਭਗਵਾ ਝੰਡਾ ਲਹਿਰਾਉਂਦੇ ਸੀਗੇ। ਸੋ ਅੱਜ ਤੁਹਾਡੀ ਮਾਨਸਿਕਤਾ ਕੀ ਆ, ਸਾਰਾ ਦੇਸ਼ ਜਾਣ ਚੁੱਕਿਆ ਵਾ, ਇਹੀ ਕਾਰਨ ਆ ਤੁਸੀਂ ਅੱਜ ਚਰਚਾ ਤੋਂ ਭੱਜ ਰਹੇ ਹੋ। ਡੈਮੋਕ੍ਰੇਸੀ, ਮੈਂ ਫਿਰ ਕਹੂੰਗਾ, ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਵਿੱਚ ਹਰ ਇੱਕ ਨੂੰ ਆਪਣਾ ਪੱਖ ਰੱਖਣ ਦਾ ਅਧਿਕਾਰ ਹੈ। ਤੁਸੀਂ ਆਓਗੇ ਮੋਸਟ ਵੈਲਕਮ ਆ, ਤੁਹਾਡਾ ਪੱਖ ਰੱਖਿਆ ਜਾਊਗਾ, ਤੁਹਾਡੀ ਗੱਲ ਸੁਣੀ ਜਾਏਗੀ। ਪਰ ਜੇ ਤੁਸੀਂ ਇੱਦਾਂ ਭੱਜੋਗੇ ਤਾਂ ਲੋਕ ਤੁਹਾਨੂੰ ਪੂਰੀ ਤਰ੍ਹਾਂ ਭਜਾ ਕੇ ਦੇਸ਼ ਤੋਂ ਅੰਗਰੇਜ਼ਾਂ ਵਾਂਗੂ ਬਾਹਰ ਕੱਢ ਦੇਣਗੇ, ਜਿਵੇਂ ਇੱਥੋਂ ਅੰਗਰੇਜ਼ ਕੱਢੇ ਸੀ ਉਵੇਂ ਤੁਹਾਨੂੰ ਕਾਲੇ ਅੰਗਰੇਜ਼ਾਂ ਨੂੰ ਇੱਥੋਂ ਦੇਸ਼ ਚੋਂ ਲੋਕ ਬਾਹਰ ਕੱਢ ਦੇਣਗੇ। ਮੈਂ ਇੰਦਰਪਾਲ ਸਿੰਘ ਧੁੰਨਾ, ਕੈਮਰਾਮੈਨ ਅੰਮ੍ਰਿਤਪਾਲ ਨਾਲ, ਦੇਖਦੇ ਰਹੋ ਪ੍ਰਾਈਮ ਉਦੇ। ਸਤਿ ਸ਼੍ਰੀ ਅਕਾਲ।